ਪੂਰਾ ਉੱਕੇਰ ਪੁਰ ਬਣਿਆ ਪਿਆ ਤੇ ਦੇਦੀ ਜਾ ਓਹੋ ਤੂੰ ਕਰਨ ਦੇ ਫਿਰ ਉਹ ਗੱਲ ਆਹ ਨਾ ਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਵੀ ਮਿੱਤਰਾ, ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਆਪਾਂ ਕਰਦੀ ਆ ਅਤੇ 8:30 ਉੱਠ ਪਿਆ ਯਾਰ ਹੋਣੀ ਉਧਰ ਮੰਨਿਆ ਨਹੀਂ ਰਾਤੀ ਮੈਨੂੰ ਨਾ ਜਦੋਂ ਵਿਆਹ ਤੋਂ ਆਏ ਤੇ ਮੈਂ ਸਵੇਰੇ ਨਾ ਟਾਈਮ ਸਿਰ ਆਪਾਂ ਜਿੰਮ ਜੁੰਮ ਲਾਈਏ ਅਤੇ ਬਾਅਦ ਫਿਰ ਆਪਾਂ ਬਰਾਤ 'ਤੇ ਜਾਣਾ। ਮੈਂ ਮਾਮੇ ਨੇ ਕਿਹਾ ਕਿੱਥੇ ਸੋਚੋ ਹੈ ਨਾ, ਪਰ ਕੀ ਕਰੀਏ, ਕੁਛ ਚੀਜ਼ਾਂ ਸਾਨੂੰ ਇੱਥੋਂ ਘਰੋਂ ਹੀ ਮਿਲਣੀਆਂ, ਮਤਲਬ ਕਿ ਲੀੜਾ ਕੱਪੜਾ ਹੈ, ਕੱਪੜੇ ਨਹੀਂ ਖੜ੍ਹੇ ਸੀ ਅਤੇ ਹੁਣ ਮਾਮੇ ਨੂੰ ਕਿਹਾ ਮੈਂ ਮਾਮਾ ਤੁਹਾਡੇ ਨਾਲ ਸਿੱਧਾ ਰਲ ਜਾਵਾਂਗੇ, ਰਲਿਆ ਤਾਂ ਜਾਣਾ ਨਹੀਂ ਇਹਨਾਂ ਨੇ ਹੈ ਨਾ। ਸੋ ਮੈਂ ਇਹਨਾਂ ਨੂੰ ਕਿਹਾ ਮੈਂ ਮੰਨੇ ਸਵੇਰੇ ਟਾਈਮ ਸਿਰ ਉੱਠ ਕੇ ਜਿੰਮ ਲਾ ਲਈਏ, 8:00 ਠਾਏ ਆ, 8:30 ਹੋ ਗਏ, ਹਜੇ ਵੀ ਬਿਸਤਰੇ ਵਿੱਚ ਹੀ ਬਣੇ ਹੋਣੇ ਆ ਹੈ ਨਾ, ਠਾਈਆਂ ਨਾਲ ਨਿਕਲਣਾ, ਇੰਨਾ ਲੇਟ ਕਰਨਾ ਵੀ ਪ੍ਰਧਾਨ ਬਣਤਾ ਤੈਨੂੰ, ਤੂੰ ਮਾਮਾ ਖਰਾਬੀਆਂ ਬਹੁਤ ਕਰਦਾ ਹੈ। ਓ ਉੱਠਦੇ ਨਹੀਂ ਜੇ ਮੰਨੇ ਉੱਠੋ, ਸਾਡੇ ਕੋਲ ਕਿਤੇ ਹੱਥ ਲਵਾ ਲਓ ਇੱਦਾਂ ਕੀ ਹੋਇਆ, ਐਂ ਸਾਡੇ ਹੱਥ ਨਹੀਂ ਲੱਗਦੇ ਆ, ਕਿਤੇ ਨਾਲ ਹੀ ਨਹੀਂ ਲਾਏ ਹੁੰਦੇ, ਤਾਂ ਕਹਿਣਾ ਸੀ ਸਾਰੇ ਲਾ ਦੇ ਵੱਢ ਕੇ ਗਾੜੀ ਰਾਤ ਦੇ। ਹਾਂ ਉੱਠੋ ਯਾਰ, ਇੱਦਾਂ ਕਰੋ, 8:00 ਅਤੇ 8:30 ਹੋ ਗਏ, ਤੁਹਾਨੂੰ 8:00 ਉਠਾਇਆ ਹੈ, ਵੇਖੋ ਉੱਠ ਕੇ ਬਾਹਰੋਂ ਜ਼ੋਰ ਮਾੜਾ ਜਿਹਾ ਮੰਨੇ, ਉੱਠ ਕੇ ਬਹਿ ਸੁਣੋ, ਉਹ ਉੱਠੋ ਯਾਰ, ਇੱਦਾਂ ਨਾ ਕਰਿਆ ਕਰੋ, ਰਾਤ ਤੁਹਾਡੀ ਗੱਲਾਂ ਹੀ ਹੋਰ ਹੁੰਦੀਆਂ, ਕੁੜੀਆਂ ਉਤਲੀਆਂ ਵੱਜ ਹੁੰਦੇ ਜੀ। ਚਲੋ ਵੀਰ ਸਵੇਰੇ 7:30 ਹੀ, ਮੈਂ ਕੋਈ ਨਹੀਂ 8:00 ਉੱਠ ਪਾਂਗੇ, ਮੰਨਾ ਕਹੇ ਵੀਰ 7:00 ਜਿੰਮ ਨਾਲ ਆਈ ਉੱਠ ਕੇ, 8:00 ਦੇ ਠਾਏ ਤਾਂ 8:30 ਹੋ ਗਏ ਆ, ਹੈ ਉੱਠੋ ਮਾੜਾ ਜਿਹਾ, ਵੇਖੋ ਜ਼ੋਰ ਜ਼ੋਰ ਮਾਰ ਕੇ ਖਾਈਏ ਪੀਏ ਨਿਕਲੀਏ ਆਪਾਂ। ਲੈ ਵੀ ਮਿੱਤਰਾ, ਕਹਿੰਦੇ ਕਿਵੇਂ ਕਿ ਮੇਰੀ ਸੇਬ ਕੇਲੇ ਲੈ ਔਰ ਸੀ ਮੁੱਕੇ, ਭੁੱਖੇ ਹੀ ਮਰਜ ਲੱਗੇ ਹੈਂ, ਲਓ ਪਹਿਲਾਂ ਪੇਟ ਪੂਜਾ ਕਰੀਏ ਫਿਰ ਕਰਦੇ ਹਾਂ ਜਿੰਮ ਵਾਲਾ ਕੰਮ ਹੈ। ਮਿੱਤਰਾ ਯਾਰ ਨਹੀਂ ਪਹੁੰਚ ਕੇ ਜਿੰਮ ਦੇ ਭਰਨਾ, ਸਾਡੇ ਆਊਟਸਾਈਡਸ ਮੁੱਕੇ, ਸੱਜ ਸਮਾਨ ਸਾਰਾ ਮੁੱਕਾ ਸੀ, ਵਿਆਹ ਦੇ ਚੱਕਰ ਦੇ ਵਿੱਚ ਅਸੀਂ ਉੱਧਰ ਭੱਜੇ ਫਿਰ ਰਹੇ ਹੈ ਨਾ, ਪਰ ਮੈਂ ਸੋਚਿਆ ਮੈਂ ਆਪਾਂ ਜਿੰਮ ਜਾਈਏ, ਤੁਸੀਂ ਜਦੋਂ ਆਏ ਤਾਂ ਟ੍ਰੈਫਿਕ ਬੜੀ ਸੀ, ਮੈਂ ਬਾਈ ਮੈਨੂੰ ਤੁਸੀਂ ਤਾਰ ਦਿਓ, ਤੁਸੀਂ ਮੋਟਰਸਾਈਕਲ ਲੈ ਜਾਓ ਸਿੱਧਾ ਅਤੇ ਖਾਣ ਪੀਣ ਦਾ ਸਮਾਨ ਲੈ ਆਓ। ਹੁਣ ਕਈਆਂ ਨੇ ਮੰਨਣਾ ਨਹੀਂ ਕਿ ਅਸੀਂ ਮੋਟਰਸਾਈਕਲ ਜਿੰਮ ਆਏ ਹਾਂ, ਇਹ ਵੀ ਨਹੀਂ ਮੰਨਣਾ ਕਈਆਂ ਨੇ, ਇਹ ਜੀ ਸ਼ੌਕ ਤਾਂ ਆਉਂਦਾ ਜਹੂਦ ਦਾ ਸਪਲੈਂਡਰ ਸਾਡਾ ਯਾਰਾਂ ਦਾ ਸਪਲੈਂਡਰ ਨਾ ਯਾਰ, ਜਿਹੜੇ ਬੰਦੇ ਸਾਨੂੰ ਵੇਖਦੇ ਨਾ ਉਹ ਵੀ ਸਾਡੇ ਅੱਗੇ ਰੌਣਕ ਹੀ ਲੱਗਦੇ ਮੈਨੂੰ, ਕਮੈਂਟ ਬੜਾ ਕਹਿੰਦੇ ਕੀ ਕੀਤਾ ਆਪਾਂ, ਕਹਿੰਦਾ ਸਮਝਾਇਆ ਨਹੀਂ ਕਰਨੇ, ਮੈਂ ਜੱਜੀ ਮੰਨੇ ਨਹੀਂ ਕਿਸੇ ਤਾਂ ਨਾ ਹੀ ਨਹੀਂ ਕਹਿੰਦੇ, ਜੋ ਚੀਜ਼ ਚੱਲਦੀ ਕਹਿੰਦੇ ਆਉਣ ਦੋ, ਉਹ ਕਹਿੰਦਾ ਮੰਨਾ ਤਾਂ ਹੀ 500 ਤਾਂ ਫਸਾਈ ਬੈਠਾ ਵਾ, ਨਾ ਹੀ ਕੋਈ ਨਹੀਂ ਕੁੜੀ ਹੈ, ਲਵ ਯੂ ਮਿੱਤਰੋ, ਦਿਲੋਂ ਰਿਸਪੈਕਟ ਹੈ ਭਰਾਵਾ, ਮੈਂ ਰਾਤੀ ਕਮੈਂਟ, ਮੈਂ ਕਮੈਂਟ ਪੜ੍ਹਦਾ ਨਾ ਇੰਨਾ ਖੁਸ਼ ਹੁੰਦਾ ਨਾ ਕਿ ਯਾਰ ਜਿੱਦਾਂ ਦੇ ਅਸੀਂ ਵਲੌਗ ਬਣਾਉਂਦੇ ਹਾਂ ਹੱਸੇ ਮਜ਼ਾਕ ਵਾਲੇ, ਕਮੈਂਟ ਵੀ ਤੁਸੀਂ ਉੱਦਾਂ ਹੀ ਕਰਦੇ ਜੇ, ਪਰ ਕਮੈਂਟ ਘੱਟ ਕਰਨ ਡੇ ਤੁਸੀਂ ਅੱਜ ਕੱਲ੍ਹ, ਹੈਂ ਕੀ ਗੱਲ, ਬਿਜੀ ਚੱਲਣ ਡੇ ਜੀ, ਵਲੌਗ ਵੇਖ ਕੇ ਗਾਂਹ ਜਾਂਦੇ ਜੀ, ਹੈਂ ਆਟਾ ਬੱਟਣਾ ਕਿਤੇ ਪਾਉਣਾ ਪਿਆ ਜੀ, ਵਾਜੇ ਵਿੱਚ ਵੱਜਦੇ ਫਿਰ ਭੀੜ ਪਾ ਦਿੰਦੇ ਬਾਅਦ 'ਚ, ਪਿਛਲੇ ਮੈਂ ਕਹਿੰਦਾ ਮੈਂ ਸਬਸਕ੍ਰਾਈਬ ਨਹੀਂ ਕਰਦੇ, ਅਸਲ 'ਚ ਨਾ ਆਪਾਂ ਵੀ ਕਿਹੜਾ ਚੀਜ਼ ਵੇਖ ਲੈਂਦੇ ਹਾਂ, ਫੋਲੋ ਨਹੀਂ ਕੀਤਾ ਹੁੰਦਾ ਹੈ ਨਾ, ਅਤੇ ਇਹ ਗਲਤ ਗੱਲ ਆ, ਸਰਚਾ ਮਾਰ ਮਾਰ ਵੇਂਦੇ ਜੇ ਇੰਸਟਾ ਅਤੇ ਸਨੈਪ ਆਪਣੇ ਯੂਟਿਊਬ 'ਤੇ ਜਿਹੜੀ ਸਬਸਕ੍ਰਾਈਬ ਕਰੋਗੇ ਨਾ, ਕਿਸੇ ਨੂੰ ਸ਼ੋ ਨਹੀਂ ਹੁੰਦਾ, ਹੌਲੀ ਜਿਹੀ ਚੋਰੀ ਛਿਪੇ ਕਰ ਛੱਡੋ, ਇੰਸਟਾ 'ਤੇ ਪਤਾ ਲੱਗਦਾ ਜਾਂ ਸਨੈਪਚੈਟ 'ਤੇ ਨਹੀਂ ਪਤਾ ਲੱਗਦਾ ਆਪਾਂ ਕਿਹਨੂੰ ਕੀਤਾ, ਸਨੈਪਚੈਟ ਦੀ ਬੜੀ ਵਧੀਆ ਪ੍ਰਾਈਵੇਸੀ ਆ,
ਇੰਸਟਾਗ੍ਰਾਮ ਤੇ ਪਤਾ ਚੱਲਦਾ ਕਿ ਆਪਾਂ ਆਹ ਬੰਦੇ ਨੂੰ ਫੋਲੋ ਕੀਤਾ ਵਾ, ਹਨਾ, ਆਹ ਬੰਦੇ ਨੇ ਆਪਣੇ ਕਮੈਂਟ ਕੀਤਾ, ਸਨੈਪਚੈਟ ਤੇ ਵੀ ਨਹੀਂ ਪਤਾ ਕਿਹੜਾ ਕਮੈਂਟ ਕਰ ਗਿਆ ਤੇ ਕਿਹੜੀ ਕਮੈਂਟ ਕਰ ਗਈ। ਹਾਏ ਵੀ ਲੈ ਵੀ ਮਿੱਤਰਾ ਵਰਕਆਊਟ ਕਰ ਲਿਆ ਮੁੰਡਿਆਂ ਨੇ, ਓਕੇ ਰਿਪੋਰਟ ਤੇ ਚੱਲੀਏ ਲੋਏ ਲੋਏ ਕਰਨ ਲਈ ਜਾ ਕੇ ਹੋਈਏ ਤਿਆਰ। ਅੱਜ ਨਹੀਂ ਪਾਇਆ ਜੈਕਟ, ਐਂ ਨਵੀਂ ਕੱਢ ਕੇ ਦਿੰਦਾ ਵੀ ਘੈਂਟ ਤਰ੍ਹਾਂ। ਕਹਿੰਦੇ ਜਿਮ ਤਾਂ ਲਾ ਲਿਆ ਮੁੰਡਿਆਂ ਨੇ, ਪਰ ਫੋਨ ਆਇਆ ਨਾਨਕਿਆਂ, ਕਹਿੰਦੇ ਪੁੱਤ ਛੇਤੀ ਆ ਤੂੰ ਜਿਮ ਲਾਈ ਜਾਂਦਾ, ਇੱਧਰ ਮਿਲਣੀ ਮੁਲਣੀ ਹੋਣੀ ਵੀ। ਕਹਿੰਦੇ ਛਾ ਛੂ ਪੈਂਦਾ ਹੈਗਾ ਮਾਹੌਲ ਚੱਲ, ਤੇ ਮੈਂ ਜੱਜੂ ਨੂੰ ਆਖਿਆ ਮੈਂ ਨਿਕਲੀਏ ਮਿੰਟੋ ਮਿੰਟੀ ਜਿਮ, ਮੈਂ ਕਹਿੰਦਾ ਨਾ ਲਊ ਕੋਈ ਗੱਲ ਨਹੀਂ, ਉਂਗਲ ਖੱਟੀ ਜਿੱਦੇ ਉਹਦੇ ਨਾਲ ਦੀ ਰੀਸ ਨਹੀਂ ਜੀ। ਹੈਂ ਆਵੇ ਭਾਈ, ਓ ਜੱਜੀ ਮੰਨਾ ਪਹਿਲਾਂ ਗੋਲੀ ਹੋ ਗਿਆ, ਹੁਣ ਤਾਂ ਮੈਨੂੰ ਭਾਵੇਂ ਪਜਾਮੇ ਨਾ ਜਾਣਾ ਪਵੇ। ਮੈਨੂੰ ਫੋਨ ਆਇਆ ਮਾੜਾ ਜਿਹਾ ਗੋਰੀ ਹੋਣਾ ਦਾ, ਕਹਿੰਦੇ ਮਿਲਣੀ ਹੋਣੀ, ਅਤੇ ਮਿਲਣੀ ਦੇ ਵਿੱਚ ਕੁਝ ਵੀ ਮਿਲ ਸਕਦਾ। ਹੈਂ ਇਸ ਕਰਕੇ ਛੇਤੀ ਛੇਤੀ ਮੈਨੂੰ ਨਾ ਪਹੁੰਚਣਾ ਚਾਹੀਦਾ। ਟਾਈਮ ਕਿੰਨਾ ਆਇਆ, ਟਾਈਮ ਤੁਹਾਨੂੰ ਦੱਸਦਾ ਮੈਂ ਕਿੰਨਾ ਆਇਆ ਟਾਈਮ, ਰੱਬ ਤੁਹਾਡਾ ਭਲਾ ਕਰੇ। ਟਾਈਮ ਹੋ ਗਿਆ ਜੇ 12:15 ਅਤੇ ਕੋਸ਼ਿਸ਼ ਮੈਂ ਕਰਨੀ ਕਿ ਮੈਂ 1 ਵਜੇ ਤੱਕ ਜਾ ਕੇ ਪੈਲਸ 'ਚ ਵੱਜਾਂ। ਹੈਂ ਦੱਸਦੇ ਨਹੀਂ ਜੀ, ਉਹ ਆ ਜਾਓ ਭਰਾਵਾ, ਕਿਤੇ ਬੰਦੇ ਮੇਰੇ ਨਾਲ ਦੇ ਇੰਨੇ ਜ਼ਿਲ੍ਹੇ ਆ ਨਾ, ਇੰਨੇ ਜ਼ਿਲ੍ਹੇ ਆ ਦੱਸ ਨਹੀਂ ਸਕਦਾ ਮੈਂ। ਹੈਂ ਅੱਧੀ ਜ਼ਿਆਦਾ ਮੈਨੂੰ ਇਹ ਲੇਟ ਕਰ ਦਿੰਦੇ, ਸਵੇਰੇ ਠਾਉਂਦਾ ਇਹਨਾਂ ਨੂੰ ਮੈਂ ਆ, ਹੈ ਨਾ, ਸਵਾਉਂਦਾ ਇਹਨਾਂ ਨੂੰ ਮੈਂ ਆ, ਹੈਂ ਖਵਾਉਂਦਾ ਇਹਨਾਂ ਨੂੰ ਮੈਂ ਆ, ਹੈਂ ਇੰਨੇ 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 ਇੰਨਾ ਧਿਆਨ ਇਹਨਾਂ ਨੂੰ ਮੈਂ ਰੱਖਦਾ ਤਾਂ ਫਿਰ ਵੀ ਲੇਟ ਕਰਦੇ ਆ। ਆ ਜਾ ਆ ਜਾ, ਕੀ ਪਾ ਲਈਏ ਉਹ ਭਰਾਵਾ ਗੱਡੀ 'ਚ ਪਾਲੀ, ਉਹ ਗੱਲ ਕਿਤੇ ਬੰਦੇ ਨੂੰ ਛੇਤੀ ਵੀ ਹੁੰਦੀ ਹੈ, ਤੇ ਬੂਟ ਪਾਉਣ ਡਿਆ ਉੱਥੇ ਉਂਗਲ ਖੱਟੀ ਹੋਣੀ ਹੈ, ਤੂੰ ਮੇਰੇ ਮੇਰੀ ਲੱਗਦਾ ਮੇਰੀ ਮਿਲਣੀ ਮੇਰੀ ਰਹਿਣ ਦੇਣੀ ਤੁਸੀਂ, ਹੈਂ ਹੁਣ ਛੇਤੀ 5 ਮਿੰਟ ਮਿਲਣੇ ਨੂੰ ਪਾ ਲਈ ਦੇ ਆ, ਇਹ ਮੇਰੇ ਨਾਲ ਗੱਲਾਂ ਕਰਨ ਡਿਆ, ਇੰਨੇ ਜ਼ਿਲ੍ਹੇ ਨਾ ਬਣਿਆ ਕਰੋ। ਹੋਰ ਸਰਪੰਚ ਹੋਣੀ, ਸਰਪੰਚ ਹੋਣੀ ਗੰਦੇ ਬੜੇ ਮੈਨੂੰ ਕਹਿੰਦੇ ਭਾਈ ਤਿਆਰ ਹੋ ਤੇਰੀ ਮਿਲਣੀ ਹੋਣੀ, ਮੈਂ ਸਾਲੀ ਮੇਰੀ ਮਿਲਣੀ ਕਿੰਨਾ ਆਉਣੀ ਆ, ਮੈਂ ਕੁੜੀ ਦੀ ਉੱਥੋਂ ਖਿੱਚਿਆ ਕੁੜੀ ਜਿਮ ਜਿਹਾ ਮਿੰਟ ਮਿੰਟ ਹੀ ਘਰੇ ਗਏ ਪਤਾ ਲੱਗਾ ਤੇ ਬਾਪੂ ਦੀ ਹੋਣੀ ਆ। ਹੈਂ ਬਾਪੂ ਕਰਾਉਣ ਨਹੀਂ ਡਿਆ, ਬਾਪੂ ਕਰਾਉਣ ਨਹੀਂ ਡਿਆ ਹੈ, ਉਹ ਤੂੰ ਕਿ ਤੁਰਿਆ ਫਿਰਦਾ ਸਾਲਿਆ, ਤੇਰੀ ਤਾਂ ਸਾਲਿਆ ਹੋਣੀ ਆ, ਤੇਰੀ ਵੀ ਕਰਾਉਣੇ ਕਿਸੇ ਦਿਨ ਖਲਵਾ ਤੇਰੇ ਗਿਆ ਸਾਲਾ, ਬਿੱਲੀ ਦੋਲੇ ਨਹੀਂ ਤਾਂ ਕੁੜੀ ਆ ਵਾ, ਬਿੱਲੀ ਦਾ ਕਰਾ ਦਈਏ ਦੀ ਕਦੋਂ ਬੰਨਾ ਸਵੇਰੇ ਸਵੇਰੇ ਇਹਨੂੰ ਦੇ ਕੇ ਕਰ ਕੇ ਦਾ ਵਿਆਹ। ਹੈਂ ਓਏ ਕਰ ਕੇ ਉਹ ਕਰਨਾ ਵਿਆਹ, ਕਰਨਾ ਹੀ ਬਿੱਲੀ ਨਾਲ, ਬਿੱਲੀ ਦਾ ਵਿਆਹ ਕਰ ਦਿੰਦੇ ਆ ਤੇਰੇ ਤੇਰੇ ਭੈਣ ਚਾਹਦਾ। ਲੈ ਵੀ ਬਾਪੂ ਨੇ ਫੋਲੀ ਟੌਰ ਮਾਰੀ, ਬਿੱਲੀ ਨਾਲ ਬਾਣੀ ਤਲਾਕ ਖੇਤੀ ਹੋਣਾ ਇਹਨਾਂ ਦਾ, ਇਹਦੀ ਬਿੱਲੀ ਨਾਲ ਬਾਣੀ ਉਹ ਵੀ ਲੜਾਕਾ ਬੜਾ ਏ। ਹੈਂ ਹੈਂ ਬਾਪੂ ਪੂਰਾ ਓਕੇ ਰਿਪੋਰਟ ਬਣਿਆ ਪਿਆ ਤੇ, ਹੈਂ ਰਿਪੋਰਟ ਨੂੰ ਬੱਚਿਆਂ ਦੇ ਸਿਰ ਤੇ ਬੰਨਣਾ ਪੈਂਦਾ, ਚੋੜੋੜੇ ਕੰਮ ਆਉਂਦੇ ਬਾਪੂ ਦੇ ਚੱਲੇ ਆਉਂਦੇ ਪਤਾ ਕਿਹੜੇ ਮਹਿੰਗੇ ਕੁੜੇ 50,000 ਦਾ ਉਹ ਝੂਠ ਮਰੀ ਜਾਂਦਾ, ਝੂਠ ਥੜਾ ਮਾਰਦਾ ਇੱਕਦਮ ਇਹ ਕਿਸੇ ਨਾਲ, ਮੈਂ ਤੋਂ ਨਾਲ 1000 ਤੇ ਮਤਲਬ 100 ਭਰੇਖਾ ਹੀ ਪੈ ਜਾਂਦਾ, ਭਰੇਖਾ ਕਿਉਂ ਵਧਾ ਦਿੰਦਾ ਤੂੰ, 0 2 ਦਿਨ ਵਧਾ ਦਿੱਤੀਆਂ ਤੇ ਨਾਲ 0 ਲੱਗ ਗਈ, 0 2 ਦਿਨ ਵਧਾ ਦਿੱਤੀਆਂ ਤੂੰ, ਹੈਂ ਦੱਸਦਾ ਨਹੀਂ ਕੋਈ ਲੱਗੀ ਵੱਧ, ਨਹੀਂ ਨਹੀਂ 5000 ਪਿੱਛੇ 2 ਲੱਗੀ, ਪਰ 5000 ਦਾ 5000 ਦਾ ਫੜਾ ਆਉਂਦਾ ਕੋਈ ਨਹੀਂ, ਚੱਲ ਛਿੰਨੇ ਦਾ ਰਿਸ਼ਾ ਓ ਇੱਧਰ ਆ ਕੇ ਤੁਰੇ ਫਿਰਦਾ ਤੇਰੀ, ਮੈਂ ਭੈਣ ਚੱਲ ਕੇ ਤੂੰ ਚੱਲ ਵੇ ਹੁਣ ਪੂਛਾਂ ਸੁੱਟ ਲਈ ਕਿ ਮੈਨੂੰ ਆਵਾਜ਼ ਪੈ ਗਈ, ਵੇਖੀ 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 ਤੇਜ਼ਾ ਕਰ ਦੇਣਾ, ਜਿੱਦਾਂ ਗੋਰੀਆਂ ਲੂਣਾ ਠਾਂ ਕਰਦੀ, ਸਹੀ ਗੱਲ ਉਹ ਵੀ ਐਡਮ ਕੁੜੀ ਆ ਵੀ, ਇਹ ਬਾਪੂ ਅੱਜ ਫੁੱਲ ਟੌਰ ਆ, ਮੈਂ ਨਾ ਕਿਰ ਫੋੜਾ ਆ ਪਿਆ ਸੀ ਟੌਰ ਹੀ ਅੱਜ, ਨਹੀਂ ਅੱਜ ਆ ਰੰਗ ਬੜਾ ਫੱਬਿਆ ਕੋਟ ਦਾ ਪਿੰਡ ਤੇ ਪਹੁੰਚ ਗਈ ਨਾ, ਹੂੰ ਓਕੇ ਲੈ ਵੀ ਮਿੱਤਰਾ ਸਰਪੰਚ ਹੋਣੀ ਆਏ ਬਾਪੂ ਨੂੰ ਲੈਣ, ਹੈਂ ਆਪਾਂ ਵੀ ਲੋਏ ਲੋਏ ਜਾ ਕੇ ਇਹ ਤਿਆਰ, ਹੈਂ ਗੱਡੀ ਪੂਰੀ ਲਿਸ਼ਕੰਡੀ ਅੱਜ ਸਰਪੰਚ ਨੇ ਧੋਤੀ ਹੈ ਨਾ, ਲੱਗਦੀ ਓਕੇ ਰਿਪੋਰਟ। ਹਾਂ ਵੀ ਕੋਕੋ ਚੱਲ ਪੁੱਤ ਤੇਰੀਆਂ ਲਵਾਵਾਂ ਦੌੜਾ ਤੇਰੀ ਮੈਂ ਭੈਣ ਨੂੰ, ਚੱਲ ਘਰ ਨੂੰ ਚੱਲ ਤੇਰੀ ਭੈਣ ਨੂੰ, ਚੱਲ ਘਰ ਨੂੰ ਚੱਲ, ਲੱਗ ਜਾ ਬੜਾ ਕੌਣ ਭੱਜਦਾ ਯਾਰ, ਤੇਰੀ ਸਾਰਾ ਦੌੜੀ ਨਹੀਂ ਹੈਗੀ ਦੱਸਦਾ ਨੀ, ਤੇਰੀ ਦੌੜੀ ਨਹੀਂ ਹੈਗੀ, ਹਾਏ 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 ਮੇਰੀ ਲਿਟ ਗਈ ਲਿਟ ਗਈ ਬੇਟੀ, ਲੁਆ ਕੁਝ ਨਾ ਕਹੀ, ਉਹ ਕੁਝ ਨਹੀਂ ਕਹਿੰਦਾ ਮੰਮਾ ਤੇਰੇ ਨਾਲ ਖੇਡਦੇ ਰਹੀਦਾ ਦੱਸਦਾ ਨੀ, ਓਕੇ ਆ ਬੱਤ ਚੱਲ ਜੀ ਘਰ ਨੂੰ, ਆ ਜਾ ਚੱਲ ਆ ਜਾ ਆ ਜਾ ਆ ਜਾ ਆ ਜਾ। ਲੈ ਵੀ ਮਿੱਤਰਾ ਕਹਿੰਦੇ ਤਿਆਰ ਬਰ ਤਿਆਰ ਹੋ ਗਏ ਮੁੰਡੇ, ਹੋਏ 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 ਅਤੇ ਟਾਈਮ 2:00 ਦੇ ਵਿੱਚ 10 ਮਿੰਟ ਰਹਿ ਗਏ ਆ,
ਤੇ ਭੁੱਖ ਲੱਗੀ ਆ ਤੇ ਬੂੰਦੀ ਨੂੰ ਮੱਤ ਦੇਈ ਜਾਂਦੇ ਇੱਥੇ। ਮੈਂ ਕਿਹਾ ਚੱਲੀਏ, ਤੁਰਦੇ ਨੀ ਇਹਦੇ ਮੰਨੇ ਹੋਣਾ ਦੇ ਕੋਟ ਪੈਂਟ ਪਾਇਆ ਤੇ ਤੂੰ ਸੱਚ ਦਾ ਪਰਫਿਊਮ ਲਾਉਣ ਲੱਗੇ। ਇਹ ਆਪਣਾ ਪਹਿਲਾਂ ਲਾਸਟ ਪਰਫਿਊਮ, ਇਸ ਤੋਂ ਬਾਅਦ ਆਪਣਾ ਪਰਫਿਊਮ ਲਿਆਉਂਦਾ ਨਹੀਂ ਗਿਆ ਜ਼ਿੰਦਗੀ। ਪਹਿਲਾਂ ਪਰਫਿਊਮ ਲਿਆ ਮੈਂ, ਮੈਂ ਕਦੀ ਪਰਫਿਊਮ ਪਾਇਆ ਨਹੀਂ। ਸਹੀ ਗੱਲ ਦੱਸਾਂ ਤੇ ਹਾਂ ਭਾਈ, ਆਪਣਾ ਕੀ ਖਿਆਲ ਆ? ਆਪਾਂ ਅੱਜ ਇਕੱਲੇ ਹਨ, ਆਪਣਾ ਜੀਣ ਲੱਗਣਾ ਤੇ ਲਾਉਣੇ ਵੀ ਚਲ ਗਏ, ਨਖੇ ਹੋਣੇ ਚਲ ਗਏ, ਮਾਂ ਹੋਣੇ ਚਲ ਗਏ, ਮੰਨੇ ਹੋਣੇ ਚਲ ਗਏ, ਸਾਰੇ ਆਪਾਂ ਇਕੱਲੇ ਘਰੇ। ਪ੍ਰਧਾਨਾ ਖੇਡੀ ਆਪਾਂ ਤੇ ਹਜੇ ਪ੍ਰਧਾਨ ਹੀ ਚੰਗਾ ਲੱਗਣ ਦਿਆ ਤੈਨੂੰ ਹੈ। ਲੈ ਮਿੱਤਰੋ ਲੁੱਕ ਚੈੱਕ ਕਰੋ ਤੁਸੀਂ ਭਰਾ ਦੀ ਮਾੜੀ ਜੀ, ਜੇ ਪ੍ਰੋਪਰ ਲੁੱਕ ਚੈੱਕ ਕਰਨੀ ਲਈ ਇੰਸਟਾਗ੍ਰਾਮ ਜਿਹੜੀਆਂ ਫੋਟੋਆਂ ਦੀ ਵੀਡੀਓ ਪਾਈ ਦੀ ਨਾ, ਉਹਨਾਂ 'ਚ ਵੇਖਿਆ ਕਰੋ ਫਿਰ, ਪੁੱਛਣ ਦੇ ਕੇ ਵਾਟਰ ਲਾ ਕੇ ਘੈਂਟ ਜਿਹਾ ਗਾਣਾ ਜਦੋਂ ਵੀਡੀਓ ਪਾ ਦੇਈ ਦੀ ਆ, ਓਕੇ ਰਿਪੋਰਟ ਹੀ ਹੋ ਜਾਂਦਾ। ਸਨੈਪਚੈਟ ਆ ਤੁਸੀਂ ਨਹੀਂ ਚੈੱਕ ਕਰਦੇ ਭਾਈ, ਤੁਹਾਡੀ ਗਲਤੀ ਆ ਹਨਾ। ਉੱਥੇ ਜਿਹੜੀ ਲਹਿਰ ਕੱਢ ਦੇਈ ਦੀ ਇੱਕ ਦਿਨ ਪਹਿਲਾਂ ਹੀ ਵਲੋਗ ਤੇ, ਬਾਅਦ 'ਚ ਉਹਨਾਂ ਦਾ ਕੁਛ ਕਲਿੱਪਾਂ ਵਲੋਗ 'ਚ ਹੁੰਦੀਆਂ ਨਹੀਂ, ਉਹ ਸਨੈਪਚੈਟ 'ਚ ਹੁੰਦੀਆਂ। ਤਾਂ ਕਰਕੇ ਸਨੈਪਚੈਟ ਦਾ ਜਿਹੜੀ ਆਈਡੀ ਆ ਮੈਂ ਵਲੋਗ ਦੇ ਐਂਡ 'ਚ ਪਾਈ ਹੁੰਦੀ ਕਿ ਜਿਹੜੇ ਭਰਾਵਾਂ ਨੂੰ ਸਨੈਪਚੈਟ ਲੱਭਣ 'ਚ ਦਿੱਕਤ ਆਉਂਦੀ ਆ, ਰੀਅਲ ਆਈਡੀ ਲੱਭ ਜੇ। ਚੱਲੀਏ ਭਾਈ, ਹਾਂ ਬਾਬਾ ਬਾਬਾ ਪੂਰਾ ਖੁਸ਼ ਯਾਦ ਨਹੀਂ, ਉਹਦੇ ਨਾਲ ਕੰਮ ਕਰਨਾ ਆਪਾਂ, ਸਿਆਣੇ ਬਣ ਕੇ ਰਹਿਣਾ ਵਾ ਹਨਾ। ਚਾਰ ਪੰਜ ਘੰਟੇ ਦੇ ਖਾਣ ਨੂੰ ਹੌਲੀ ਹੌਲੀ ਖਾਵਾਂਗੇ। ਇੱਕ ਨਾ ਥਈ ਜੀ ਮਾਰ ਕੇ ਤੇ ਬਾਜ ਮੂੰਹ ਵਾਲੇ ਵੇਖੀ ਦੇ ਲੋਕਾਂ ਦੇ, ਬਸ ਜ਼ੋਰ ਜਿਹਾ ਪੈ ਜਾਂਦਾ ਤਾਂ ਬਾਥਰੂਮ ਭਰੇ ਹੁੰਦੇ ਕੁੜੀ ਹੈਗੇ, ਉੱਥੇ ਲੱਤਾਂ ਇਕੱਠੀਆਂ ਕਰੀ ਜਾਏਗਾ, ਆ ਜਾ ਵੀ ਬਾਹਰ ਕਿੰਨਾ ਟਾਈਮ ਲਾਉਣਾ ਵਾ ਹੈ। ਚਲੋ ਭਾਈ ਚੱਲੀਏ, ਫਿਰ ਤਾਂ ਗਲਤ ਗੱਲ, ਫਿਰ ਤੁਹਾਡਾ ਕੰਮ ਰੁਕੂਗਾ ਅੱਜ ਹਨਾ। ਇੱਦਾਂ ਤਾਂ ਕੰਪਲੀਟ ਹੋ ਗਿਆ ਕਮਰੇ ਦਾ? ਹਾਂ ਭਾਈ ਕਰੀਏ ਨਾ ਮੂਰਤ ਕਮਰੇ ਦਾ ਤੂੰ ਹੈਂ। ਲੈ ਵੀ ਮਿੱਤਰਾ ਇੱਧਰ ਦੀ ਪੀ ਓ ਪੀ ਕਰਤੀ ਕਹਿੰਦੇ ਮੁੰਡਿਆਂ ਨੇ ਡਨ। ਇਹ ਕਮਰਾ ਹੈਗਾ ਦਾਦੀ ਹੱਡੀ ਦਾ, ਜਮਾਂ ਸਿੰਪਲ ਜਿਹਾ ਸਾਦਾ ਜਿਹਾ ਹੈਂ। ਮੈਨੇ ਫੋਨ ਲਾਈ ਆਰਕੀਟੈਕਟ ਭਾਅ ਜੀ ਨੂੰ, ਪੁੱਛੀਏ ਜਦ ਬਿਜਲੀ ਦਾ ਕੰਮ ਕਰ ਗਿਆ ਕਿ ਨਹੀਂ ਕਰ ਗਿਆ, ਇਹਨਾਂ ਦਾ ਕੰਮ ਰੁਕ ਜਾਣਾ ਇਸ ਹਿਸਾਬ ਨਾਲ। ਮਾਸੀ ਵਾਲੇ ਆ ਉਂਦਰਾ ਬੜਾ ਹੀ ਬਚ ਕੇ ਰਹੀ ਉਹ ਤੋਂ ਹੈਂ। ਬਸ ਅਸੀਂ ਥੋੜਾ ਜਿਹਾ ਬਸ ਪਰਮਿਸ਼ਨ ਦੇਣੀ ਆ, ਪਰ ਇਹ ਆ ਕਿ ਕੁੜੀ ਲਾਲ ਡੇਪੇ ਲੱਗੀ ਹੋ, ਮੂੰਹ ਭਰਿਆ ਪਿਆ ਕੁੜੀ ਲਾਲਾਂ ਦੇ ਨਾਲ, ਜੇ ਨਾ ਪੀ ਇਸ ਮੂੰਹ ਚ ਪਿਆ ਦੋ ਮਿੰਟ ਤੱਕ ਕੁੜੀ ਪਾਣੀ ਦਾ ਗਲਾਸ ਭਰ ਜਾਣਾ ਲਾਲਾਂ ਦਾ। ਮੈਂ ਨਾ ਆਉਂਦੇ ਤੁੰਨ ਕੇ ਮੈਂ ਮੰਨਿਆ ਗੱਲ ਹੀ ਕੋਈ ਨੀ, ਕਾਹਲੀ ਸਵੇਰੇ ਲਾਲਾਂਗੇ 40 ਮਿੰਟ ਕੱਢੋ ਵੱਜ ਹੈ। ਹਾਂ ਬਣ ਗਿਆ ਸਿਆਣਾ ਬਹੂ ਬਣ ਗਿਆ ਇੱਦਾਂ ਮਜੇ ਨਾ। ਤੈਨੂੰ ਫੋਨ ਫੜਾਦਾ ਤੇ ਤੂੰ ਚੈਟ ਨਾ ਕਰਨ ਲੱਗ ਗਈ, ਫੜਾ ਦੇ ਬਾਪ ਪੁੱਤਰਾ ਵਾਸ ਦਾ ਫੋਨ, ਤੁਸੀਂ ਠਰਕ ਭੋਡੇ ਭੇਜ ਦਿੰਦੇ ਚੈਟ ਵਿਖਾਈ ਵੈਸੇ ਹੀ ਹੈਂ। ਮੰਨੇ ਦਾ ਰਾਤੀ ਮੰਨੇ ਦਾ ਆਇਆ ਤਲਾਕ ਮੇਰੀ ਵਜ੍ਹਾ ਕਰਕੇ, ਹੋ ਗਿਆ ਮੰਨੇ ਨਿਬੜ ਗਿਆ? ਨਹੀਂ ਆ ਕੋਈ ਨੀ, ਇੱਕੋ ਦੇ ਨਾਲ ਦੀ ਜਿੰਨਾ ਗੱਲ ਕਰਦੇ। ਤੈਨੂੰ ਇਹ ਥੋੜੀ ਕਿਹਾ ਬੋਲਣਾ ਨਹੀਂ ਆ, ਦੱਸਦਾ ਨਹੀਂ ਮੈਂ ਕਿਹਾ ਜਿੰਨਾ ਮਰਜ਼ੀ ਬੋਲ ਇੰਜੋਏ ਕਰ, ਪਰ ਖਾਣਾ ਹਿਸਾਬ ਸਾਡਾ ਪਰ ਅੱਜ ਵਧੀਆ ਨੇ ਨਾ, ਗੱਲ ਮੰਨੀ ਬਾਬੇ ਨੇ, ਅੱਜ ਪਰਫੋਰਮੈਂਸ ਤੇਰੀ ਵਧੀਆ ਸੀ। ਹਾਂ ਅੱਜ ਬਾਬੇ ਨੇ ਭੁੱਖ ਨਹੀਂ ਖਾਈ, ਅੱਜ ਬਹੁਤ ਸੋਹਣੀ ਪਰਫੋਰਮੈਂਸ ਦਿੱਤੀ ਬਾਬੇ ਨੇ, ਬਾਬੇ ਨੇ ਭੁੱਖ ਨਹੀਂ ਖਾਈ ਤੇ ਜਿਹੜੀ ਡਿੱਗੀ ਉਹ ਦੁੱਧ ਘੱਟ ਹੀ ਅੱਜ ਹੈ, 4-5 ਕਿਲੋ ਮੰਗਣੇ 2.5 ਕਿਲੋ ਸੀ ਬਾਬਾ। ਵੇਲਾ ਫਿਰ ਲਾਮਾ ਇੱਧਰ ਦਵਾਤਾ, ਲਾਮਾ ਦਵਾਤਾ ਨਾ ਅੱਜ ਬਾਬਾ, ਆਲੂ ਪੁੱਟਣ ਡੇ ਤੇ ਉਹਨਾਂ ਦੇ ਜਵਾਕਾਂ ਨੂੰ ਜਾ ਕੇ ਪੈ ਗਏ ਹੈ। ਲੈ ਵੀ ਮਿੱਤਰਾ ਕੋਟ ਪੈਂਟ ਪਾ ਕੇ ਪੈਲੀਆਂ ਚ ਕਿਹੜਾ ਦੇਖੀ, ਪੈਲੀਆਂ ਦੇ ਵਿੱਚ ਬੜੇ ਭਰਾਵਾਂ ਦੇ ਅੱਜ ਮੈਸੇਜ ਆਇਆ ਸਨੈਪਚੈਟ ਤੇ, ਕਹਿੰਦਾ ਪੁਲਸੀਏ ਲੱਗਣ ਡਿਆ ਹੈ। ਠੀਕ ਆ ਭਰਾ ਧੰਨਵਾਦ, ਸੋਹਣੇ ਸੋਹਣੇ ਕਮੈਂਟ ਕਰ ਲਈ, ਅਸੀਂ ਵੀ ਸੋਹਣੇ ਸੋਹਣੇ ਪਾਦੇ ਨਹੀਂ ਜੀ। ਸਾਡੇ ਤੇ ਇੱਕ ਵਿਆਹ ਹੋਰ ਪਿਆ, ਹਜੇ ਤਾਂ ਕੱਲ੍ਹ ਸਾਡੇ ਇੱਕ ਸੱਜਣ ਦਾ ਹੋਰ ਵਿਆਹ ਪਿਆ, ਹਜੇ ਰਾਤ ਨੂੰ ਅਸੀਂ ਜੀ
ਇੱਕ ਪ੍ਰੋਗਰਾਮ ਭੁਗਤਾਉਣਾ ਅਜੇ। ਉਹ ਅੱਜ ਉਹ ਪਾਈਏ ਮੰਨੇ ਦੂਜਾ ਸੂਟ ਬਰਾਊਨ ਜਿਹਾ। ਉਹ ਪ੍ਰਧਾਨ ਤੂੰ ਸਾੜਿਆ ਮੱਛਰ ਨੀ ਨਾ ਪ੍ਰਧਾਨ ਪੁੱਤ ਆਜਾ ਪੁੱਤ ਤੂੰ ਸਾਨੂੰ ਸਾੜਿਆ ਤੇ ਪੈਸੇ ਲਵਾਂਗੇ ਲੱਗਦਾ ਮੈਨੂੰ। ਕਿੱਦਾਂ ਬਚ ਗਿਆ ਉਹ ਮੁੰਡਾ ਹੈ ਪਤਾ ਨਹੀਂ ਬਾਹਰ ਕੀ ਹੋ ਗਿਆ ਅਸੀਂ ਤਾਂ ਹੀ ਭੱਜ ਗਏ ਬਾਹਰ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ ਕਾਲਾ ਕੁੱਤਾ ਟੱਪਣ ਦਿੰਦਾ ਕੰਧ ਪਿੱਛੋਂ ਵਾਲੇ ਕਾਲਾ ਕੁੱਤਾ ਹੋ ਗਿਆ ਦੁਬਾਲੇ ਕਿਤੇ ਪਹਿਲਾਂ ਗੇਟ ਖੜਕਾਇਆ ਜਦੋਂ ਪਤਾ ਗੇਟ ਖੜਕਾ ਕੇ ਚਲ ਗਏ ਉਦੋਂ ਪਹਿਲਾਂ ਹੀ ਪਰਲੇ ਬੰਨੇ ਚਲ ਗਿਆ ਤੇ ਉਦੋਂ ਇਹਨਾਂ ਨੇ ਲਾਈਆਂ ਰੇਸਾਂ। ਸਹੀ ਗੱਲ ਇੱਕ ਤੇ ਕਾਰ ਦੀ ਮੂਤੀ ਜਾਂਦਾ ਨਹੀਂ ਹੋਰ ਉਹ ਫੂਨ ਕੀਤਾ ਨੇ ਕਹਿੰਦਾ ਭਰਾਵਾ ਉਹਨੇ ਤੇ ਪੈਣਾ ਵਾ ਹਾਂ ਕੁੜੀ ਲੱਗੇ ਰਸਾਂ ਨਹੀਂ ਉਹਦੇ ਵੀ ਮਗਰ ਪਾਉਂਦੀ ਉਹਨਾਂ ਦੇ ਹਾਂ ਕੋ ਕੀ ਆ ਬੱਤ ਉਹ ਨਹੀਂ ਤੈਨੂੰ ਦੱਸਣ ਦਿਆਂਗੇ ਇੱਧਰ ਆ ਬੜਾ ਉੱਤਰ ਬਾਬੇ ਦੇ ਕੰਮ ਅਸੀਂ ਸਾਰੇ ਹੌਲੀ ਸਹੀ ਕਰਨ ਡੇ ਆ ਪਰ ਅੱਜ ਨੂੰ ਵੀਡੀਓ ਬਣਾਉਣ ਡਿਆ ਅਸੀਂ ਬਾਬਾ ਘੱਟ ਕਰਦੇ ਹੱਥ ਬੰਨ ਕੇ ਸਮਾਇਆ ਕਰਾਂਗੇ ਨੀ ਤਾਂ ਰਾਤ ਨੂੰ ਹਨਾ ਦਾਦਾ ਨੀ ਹੱਸੀ ਜਾਂਦਾ ਮਾਮਾ ਬਾਪੂ ਤੇਰਾ ਕੱਲ੍ਹ ਨੂੰ ਮਿਲ ਕੇ ਗਿਆ ਕਹਿੰਦਾ ਇਹਨੂੰ ਸੁਧਾਰੋ ਜਿੱਦਾਂ ਮਰਜ਼ੀ ਸੁਧਾਰੋ ਖੁੱਲ੍ਹੀ ਛੁੱਟੀ ਦਿੱਤੀ ਬਾਪੂ ਇਹਦੇ ਨੇ ਸਾਨੂੰ ਕਹਿੰਦਾ ਇਹਨੂੰ ਥੋੜ੍ਹੀ ਜਿਹੀ ਦੱਸੋ ਇਹਨਾਂ ਨੂੰ ਮੈਂ ਕੋਈ ਮੈਨਰ ਸਿਖਾਓ ਮੈਂ ਕਿਹਾ ਅੰਕਲ ਕੋਈ ਗੱਲ ਨਹੀਂ ਆ ਤੂੰ ਪਰਮਿਸ਼ਨ ਦੇ ਦਿੱਤੀ ਉਹ ਨਾ ਬਈ ਲੜਨਾ ਨਹੀਂ ਆ ਜਾਓ ਅਤੇ ਬਾਕੀ ਫੋਟੋ ਸ਼ੂਟ ਕਰ ਲਿਆ ਵਾ ਇਹ ਚੀਜ਼ਾਂ ਤੁਹਾਨੂੰ ਹੁਣ ਯੂਟਿਊਬ 'ਤੇ ਮਿਲਣੀਆਂ ਨਹੀਂ ਇਹਦੇ ਵਾਸਤੇ ਤੁਹਾਨੂੰ ਹੁਣ ਇੰਸਟਾਗ੍ਰਾਮ 'ਤੇ ਜਾਣਾ ਪਊਗਾ ਅਤੇ ਬਾਕੀ ਸਟੋਰੀਆਂ ਜੇ ਵੇਖਣੀਆਂ ਹੁੰਦੀਆਂ ਮੌਕੇ ਦੀਆਂ ਫਿਰ ਸਨੈਪਚੈਟ 'ਤੇ ਜਾਣ ਮੇਰੀ ਹੈਗੀ ਆ ਹਨਾ ਅਤੇ ਬਾਕੀ ਹੁਣ ਯਾਰ ਹੋਣੀਆਂ ਤਾਂ ਇਹਨਾਂ ਕਾਤ ਚਾਹੀਏ ਇਹ ਕਾਤੋਂ ਬਹੁਤ ਜ਼ਿਆਦਾ ਕੱਪੜੇ ਬਾਹਰ ਆ ਹੈ ਇਹ ਬੰਦੇ ਵੀ ਮੈਂ ਮੰਨੇ ਨੂੰ ਛੇਤੀ ਛੇਤੀ ਕਹਿਣਾ ਚਾਹੁੰਦਾ ਅਤੇ ਪਿੰਡ ਜਾ ਇਹ ਕਾਤ 'ਚ ਹੋ ਗਏ ਛੇਤੀ ਮਿੰਟੋ ਮਿੰਟ ਆ ਅਤੇ ਗੱਲ ਕਹਦੀ ਹੈ ਕਿ ਇਹਨੂੰ ਲਾਇਆ ਜਾਵੇ ਫਿਰ ਕਿਤੇ ਕਦਾ ਵਾਂਡਾ ਵੇਖ ਲਾਂਗੇ ਕਿਤੇ ਵਿਆਹ ਕੋਈ ਵੇਖ ਲਾਂਗੇ ਵੀ ਪ੍ਰੋਗਰਾਮ ਵੇਖ ਲਾਂਗੇ ਨਹੀਂ ਇੱਕ ਕੋਟ ਨਹੀਂ ਕੋਟ ਬੜੇ ਹੀ ਬਾਬੇ ਕਿਰਪਾ ਨਾਲ ਬਹੁਤ ਜ਼ਿਆਦਾ ਪਾਏ ਨਹੀਂ ਜਾਂਦੇ ਹਨਾ ਠੀਕ ਆ ਏਦਾਂ ਕਹੋ ਨਾ ਚੀਜ਼ਾਂ ਨੀ ਵਿੱਚ ਕੱਪੜਾ ਤਾਂ ਇੰਨਾ ਭਾਵੇਂ ਸਹੀ ਕਰਾ ਕਰਾ ਪਾਈ ਜਾਇਓ ਅਤੇ ਗੱਲ ਇਹ ਆ ਕਿ ਜਾਣ ਗੱਡੀ ਕੱਲ੍ਹ ਲਿਆਉਂਦੀ ਨਹੀਂ ਗਈ ਹਨਾ ਉੱਥੋਂ ਅਤੇ ਬਾਈ ਦੇ ਕੋਲੋਂ ਆਪਾਂ ਗੱਡੀ ਚੱਕ ਲੈਂਦੇ ਉੱਥੋਂ ਜਾ ਕੇ ਅਤੇ ਨਾਲ ਇੱਕ ਦੋ ਕੰਮ ਹੋਰ ਕਰਨੇ ਆ ਕੱਪ ਉਹ ਤਿਆਰ ਹੋ ਕੇ ਚੱਲੀਏ ਮੰਨੇ ਬਾਅਦ ਚੋਂ ਆਮ ਨਾਲ ਵੀ ਜਾਣਾ 10 ਮਿੰਟ ਇੱਦਾਂ ਲੈ ਜਾਈਏ ਇਹਨੂੰ ਸਗੋਂ ਉਹ ਨਹੀਂ ਇੱਦਾਂ ਕੱਪੜੇ ਭੰਗੜਾ ਨਹੀਂ ਪੈਂਦਾ ਤਾਂ ਹੀ ਕੋਟ ਲਾਉਣਾ ਪੈਣਾ ਨੋਰਮਲ ਜਿਹਾ ਕੁੜਤਾ ਜਿਹਾ ਮੈਂ ਚਾੜ੍ਹ ਲੈਂਦੇ ਹਨਾ ਅਤੇ ਉੱਤੋਂ ਜੈਕਟ ਪਾ ਲੈਂਦੇ ਆ ਕੱਪੜੇ ਚੇਂਜ ਕਰੀਏ ਆ ਜਾਓ ਫਿਰ ਜੱਜੀ ਬੇ ਜੱਜੀ ਬੇ ਹਾਂ ਬਾਈ ਇਹ ਨਹੀਂ ਵੀ ਉਹਦਾ ਪੁੱਤ ਗਿਆ ਇਹਨੇ ਜਦੋਂ ਵੇਖ ਲਿਆ ਢਿੱਲੋ ਮੋਟਰ 'ਤੇ ਬਾਪੂ ਆ ਜਾ ਮਾਰ ਮਾਰ ਕਮਲਾ ਆ ਗਿਆ ਨਾ ਇਹ ਨਹੀਂ ਅੜ ਗਿਆ ਉਹ ਬੱਲੇ ਹਰੀਆ ਕੀ ਹਾਲ ਠੀਕ ਠਾਕ ਹੈ ਇਹ ਸਾਡਾ ਭਾਊ ਪਲੰਬਰ ਵਾਲਾ ਆ ਇਹ ਖਰਾਬ ਨਹੀਂ ਕਰਨਾ ਸਾਨੂੰ ਹੈਂ ਅਸੀਂ ਨਹੀਂ ਖਰਾਬ ਕਰ ਤੁਸੀਂ ਵੀ ਨਾ ਖਰਾਬ ਕਰੋ ਸਾਨੂੰ ਛੇਤੀ ਛੇਤੀ ਕੰਮ ਨਾਲ ਬੇੜ ਦਿਓ ਹਾਂ ਇਹ ਸਾਡੇ ਮਿਸਤਰੀ ਦੇ ਜਿਹੜੇ ਨਾਲ ਕਰਮਚਾਰੀ ਆ ਇਹ ਉਹ ਬੰਦੇ ਹੈ ਹੈਂ ਇਸ ਇਕੱਲੇ ਇਕੱਲੇ ਕਮਰੇ ਦਾ ਮੂਰਤ ਕਰ ਰਹੇ ਨੇ ਫਿਲਹਾਲ ਤਾਂ ਹੈਂ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਮੂਰਤ ਕਰ ਲਈ ਮੂਰਤ ਭਲਾ ਕਿਹੜਾ ਕਰਨ ਡੇ ਆ ਹਾਂ ਫਨ ਸ਼ਨ ਪੂਰਾ ਕਰਦੇ ਅਸੀਂ ਡੱਕੀ ਦਾ ਮੈਂ ਕੋਈ ਗੱਲ ਨਹੀਂ ਚੱਲ ਪੁੱਤ ਆਇਆ ਕੱਲ੍ਹ ਚੂਮੀ ਇੱਧਰ ਰੱਸੇ ਕੋਲ ਇੱਧਰ 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 ਚੱਲ 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 ਇੱਥੇ ਇੱਧਰ ਇੱਧਰ ਚੱਲ ਚੱਲ ਆਖੇ ਮੇਰੇ ਬੜਾ ਲੱਗਦਾ ਏ ਉਹ ਕੋਕੋ ਨਹੀਂ ਵੜ ਕੇ ਜਾ ਕੇ ਇੱਧਰੇ ਉਹਦਾ ਕਮਰਾ ਉਹ ਆ ਕੰਮ ਕਹਿੰਦੇ ਬੀਤੀ ਉਹਨਾਂ ਨੇ ਖਿੱਚਿਆ ਪਿਆ ਹੈ
ਕੱਲ ਨੂੰ ਆ ਬੈਕ ਸਾਈਡ ਦੀ ਫਰਸ਼ ਵੀ ਪੈ ਜੂਗੀ ਹੈ ਨਾ ਬਾਬੇ ਦੀ ਕਿਰਪਾ ਦੇ ਨਾਲ, ਅਤੇ ਆਹ ਗ੍ਰਿੱਲ ਵੀ ਲਾਉਣ ਲੱਗੇ ਹੁਣ, ਇਹ ਵੀ ਲੱਗ ਜਾਣੀ ਅੱਜ, ਅਤੇ ਆਹ ਮਾਤਾ ਵਾਲੇ ਕਮਰੇ ਦੀ ਇਹ ਵੀ ਓਕੇ ਰਿਪੋਰਟ ਹੋ ਗਿਆ, ਅਤੇ ਪਰਲੇ ਕਮਰੇ ਦਾ ਉਹਨੇ ਕੰਮ ਕਰਤਾ ਸ਼ੁਰੂ। ਮੈਂ ਨਾਲ ਨਾਲ ਵੀਰਾਂ ਭਰਾਵਾਂ ਨੂੰ ਵਿਖਾ ਦਈਏ, ਬੜਾ ਪੁੱਛ ਦਿੰਦੇ ਬਾਈ ਕਿੰਨਾ ਕੰਮ ਰਹੇਗਾ, ਜਾਣ ਮੇਰੀਏ ਬਹੁਤ ਕੰਮ ਪਿਆ ਜੀ। ਹੈਂ ਇਹ ਹੈਗਾ ਤੁਹਾਡੇ ਭਰਾ ਦਾ ਕਮਰਾ, ਇਹਦੀ ਡਾਊਨ ਸੀਲਿੰਗ ਇਹਨਾਂ ਨੇ ਕਰਤੀ ਸ਼ੁਰੂ, ਅਤੇ ਇਹ ਦੇਖੋ ਹੁਣ ਕਿੰਨੇ ਦਿਨ ਲਾਉਂਦੇ ਆ। ਅੱਜ ਹੈਗੀ ਜੀ 14 ਤਰੀਕ ਵੈਲੰਟਾਈਨ ਦਾ ਦਿਨ, ਆਪਣਾ ਕੋਈ ਵੈਲੰਟਾਈਨ ਨਹੀਂ ਜੀ। ਹੈਂ ਕਿਉਂ ਲਾਡੀ, ਲਾਡੀ ਵੈਲੰਟਾਈਨ ਪਤਾ ਕੀ ਹੁੰਦਾ? ਹਾਂਜੀ ਸਰ, ਵੈਲੰਟਾਈਨ ਪਤਾ ਕੀ ਹੁੰਦਾ? ਵੈਲੰਟਾਈਨ ਨਹੀਂ ਪਤਾ? ਬੁਰਾ ਬੜੀ ਵਧੀਆ ਚੀਜ਼ ਹੀ ਆ, ਅਤੇ ਹੋਰ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ 'ਚ ਕੁੜੀ ਮੁੰਡੇ ਨੂੰ ਫੁੱਲ ਦਿੰਦੀ ਆ। ਹਾਂਜੀ ਅੱਛਾ ਠੀਕ ਪਤਾ ਤੈਨੂੰ ਸਾਰਾ ਵਾ, ਬਸ ਅੰਗਰੇਜ਼ੀ 'ਚ ਨਹੀਂ ਪਤਾ ਤੈਨੂੰ, ਜਾਂ ਮੁੰਡਾ ਕੁੜੀ ਨੂੰ ਫੁੱਲ ਦਿੰਦਾ ਕਿਉਂ ਵੀ ਤੇ ਪਾ ਦੋ ਕੱਲ੍ਹ ਫਰਸ਼ ਪਿੱਛੇ। ਹੈਂ ਇੱਕ ਵੱਡੇ ਹੀ ਹੋਣਾ ਆਪਾਂ ਹੁਣ ਕੰਮ ਕਰਦੇ, ਗਲਤੀ ਤੁਹਾਡੀ ਨਾ ਨਿਕਲੇ। ਹੈਂ ਆਹ ਲਾ ਦੀ ਗ੍ਰਿੱਲ, ਗੱਲ ਇੱਦਾਂ ਵਾ ਕਿ ਮੈਂ ਪ੍ਰੋਗਰਾਮ ਭਗਤਾਈਏ, ਨਾਲੇ ਗੱਡੀ ਚੱਕ ਲਿਆਈਏ ਇੱਥੋਂ, ਅਤੇ ਨਾਲੇ ਕੋਸ਼ਿਸ਼ ਕਰਾਂਗੇ ਗੱਡੀ ਨੂੰ ਟਾਇਰ ਪਵਾ ਦਈਏ ਹੈ ਨਾ, ਐਕਸ਼ੀ ਨੂੰ ਟਾਇਰ 'ਤੇ ਪੈਣਾ ਹੀ ਆ, ਅਤੇ ਮੈਂ ਜਿਹੜਾ ਕੰਮ ਨਿਬੜੇ ਘਰ ਆਵੇ ਉਹਦੇ ਨਾਲ ਦੀ ਰੀਸ ਨਹੀਂ ਆ। ਚਲੀ ਕਿਤੇ ਬੰਦੇ ਆਪਣੇ ਬਾਬਾ, ਉਹ ਨਾ ਆਵੇ ਪੁੱਤ ਨਾ ਨਾ, ਕੱਪੜੇ ਥੋੜ੍ਹੀ ਗੰਦੇ ਕਰਨੇ ਆ। ਹੈਂ ਲਓ ਮਿੱਤਰੋ, ਉੱਦਾਂ ਤਾਂ ਕੱਪੜੇ ਬਹੁਤ ਜ਼ਿਆਦਾ ਹੋਰ ਸਿੰਪਲ ਜਿਹੇ ਪਾਉਣੇ, ਉਹ 'ਚ ਜ਼ਿਆਦਾ ਵਧੀਆ ਰਹਿੰਦਾ ਭਰਾ ਤੁਹਾਡਾ, ਪਰ ਇਹ ਆ ਕੇ ਉਹ ਭਰਾਵਾ ਕੋਈ ਵੈਰ ਹੈ ਤੇਰਾ ਮੇਰੇ ਨਾਲ, ਦੱਸ ਕੁੜੇ ਕੱਪੜੇ ਗੰਦੇ ਕਰੀ ਜਿੰਨਾ ਵੇਲਾ ਫੜੀ ਯਾਰ। ਹੈਂ ਅਤੇ ਮੈਂ ਫਿਰ ਮਾੜਾ ਜਿਹਾ ਪਾ ਹੀ ਲਈਏ ਸੂਟ ਬੂਟ ਜੇ, ਹੈ ਦੋ ਸਟੈਪ ਲਾਣਾਂਗੇ ਉੱਥੇ, ਇਹ ਕਦੇ ਭਰਾ ਦੇ ਵਿਆਹ ਦੇ ਸਾਡੇ ਕੋਈ ਜਾਇਆ ਨਹੀਂ ਗਿਆ ਨਾਨਕਿਆਂ ਦੇ ਵਿਆਹ ਦੇ ਕਰਕੇ, ਉਹਨੇ ਥੋੜ੍ਹਾ ਜਿਹਾ ਮੂੰਹ ਬਣਾਇਆ, ਪਰ ਜਦੋਂ ਜਾ ਕੇ ਮੈਨੂੰ ਜਫੀ ਜਫੀ ਪਾਈ ਨਾ ਦੋ ਚਾਰ, ਖੁਸ਼ ਹੋਏ ਨਾ ਉਹਨੇ ਕਹਿੰਦੇ ਨਾ। ਸ਼ਾਹ ਨੇ ਕਹਿਣਾ ਰੋਜ਼ ਆ ਜਾਂਦੇ ਆ ਗੱਡੀ ਹੀ, ਇਹਨੇ ਕਹਿਣਾ ਇਹਨਾਂ ਨੇ ਬੜੇ ਗੰਦੇ ਵੇੜੇ ਦਾ, ਤਾਂ ਹੀ ਖੜੀ ਕਰ ਫਿਰ ਚਿਕਨ ਖਾ ਕੇ ਜਾਣਗੇ। ਅੱਜ ਵਿਖਾ ਮੈਂ ਬੰਦੇ ਚਿਕਨ ਵਾਲੇ ਦੋ ਲਿਆ, ਆਪਾਂ ਚੱਲ ਦੋਵੇਂ ਪਨੀਰ ਵਾਲੇ ਆ। ਹੈਂ ਯਾਰ ਕਿ ਸ਼ਾਹ ਮੈਂ ਤੈਨੂੰ ਚੀਜ਼ ਪੁੱਛਣੀ ਸੀ ਯਾਰ, ਮੇਰੇ ਨਾ ਜਿਹੜੇ ਭਰਾ ਆਪਾਂ ਅੱਗੇ ਗੱਡੀਆਂ ਨੂੰ ਪੀ ਪੀ ਐਫ ਕਰਾਈ ਨਾ, ਲਾਮਾ ਨਹੀਂ ਕਹਿ ਸਕਦੇ ਆਪਾਂ ਨੂੰ, ਉਹ ਪੁੱਛਦੇ ਆ ਕਿ ਮੈਂ ਕੋਈ ਇੰਨੀ ਚੀਜ਼ਾਂ ਦਾ ਜਵਾਬ ਦਿੱਤਾ ਨਹੀਂ ਜਾਂਦਾ। ਅਸਲ ਦੇ ਵਿੱਚ ਨਾ ਕਨਫਿਊਜ਼ ਨੇ ਪੀ ਪੀ ਐਫ ਦਾ ਫਾਇਦਾ ਵਾ ਜਾਂ ਕੋਟਿੰਗ ਦਾ ਫਾਇਦਾ, ਉਹਨਾਂ ਨੂੰ ਤਾਂ ਪੇਪਰ ਦੀ ਬੜੀ ਦਿੱਕਤ ਆਉਂਦੀ ਕਿ ਪੇਪਰ ਕਿਹੜਾ ਲਵਾਈਏ, ਚੀਜ਼ਾਂ ਬੜੀਆਂ ਵਾ ਆਪਾਂ ਹੁਣ ਇਹ ਚੀਜ਼ ਮੈਨੂੰ ਪਤਾ, ਆਪਾਂ ਪੇਪਰ ਮੈਂ ਤੁਹਾਨੂੰ ਪੁੱਛਿਆ ਕੁਛ ਆ ਇਹਦਾ ਕੀ ਰੇਟ, ਇਹਦਾ ਕੀ ਰੇਟ ਆ, ਸਹੀ ਕਿਹੜਾ ਵਾ ਗਲਤ ਕਿਹੜਾ ਵਾ, ਉਹ ਚੀਜ਼ਾਂ ਬੜੀਆਂ ਕਿਉਂਕਿ ਚੱਲ ਆਪਾਂ ਨੂੰ ਭਰਾ ਜਿੰਨੇ ਵੀ ਆਪਾਂ ਨੂੰ ਕਹਿੰਦੇ ਬਹੁਤ ਪਿਆਰ ਕਰਦੇ ਆਪਣੇ ਕਰਕੇ, ਉਹ ਚੀਜ਼ਾਂ ਕਈ ਕਰਵਾਉਂਦੇ ਵੀ ਆ, ਉਹ ਕਈ ਹੁਣ ਹਰ ਇੱਕ ਬੰਦਾ ਆਪਣੇ ਕੋਲ ਇੱਥੇ ਨਹੀਂ ਆ ਸਕਦਾ, ਕਿਤੇ ਨਾ ਕਿਸੇ ਨੇ ਬਾਹਰੋਂ ਕਰਵਾਉਣੀ ਹੁੰਦੀ, ਕਿਸੇ ਨੇ ਕਿਤੇ ਕਰਵਾਉਣੀ ਹੁੰਦੀ ਆ। ਮੈਨੂੰ ਜਦੋਂ ਆਪਾਂ ਗੱਡੀ ਨੂੰ ਕਰਾ ਕੇ ਜਿੱਦਾਂ ਮੱਲਾ ਵਲੋਗ ਪਾ ਕੇ ਮੈਂ ਚਲ ਜਾਂਦਾ ਕਿ ਹਾਂ ਆਪਾਂ ਇੱਥੇ ਐਂ ਕਰਾਈ ਆ, ਉਹ ਤੋਂ ਬਾਅਦ ਕਮੈਂਟ ਉਸ ਚੀਜ਼ 'ਤੇ ਬੜੇ ਹੁੰਦੇ ਆ, ਬਈ ਕਿੰਨੇ ਪੈਸਿਆਂ ਦੀ ਹੋਈ ਆ, ਕਿੱਥੋਂ ਕਰਾਈ, ਜਦੋਂ ਆਪਾਂ ਦੱਸਿਆ ਹੁੰਦਾ ਫਿਰ ਵੀ ਅਗਲੇ ਵਲੋਗਾਂ ਚੀਜ਼ਾਂ ਜਦੋਂ ਗੱਡੀਆਂ ਦੀਆਂ ਆਪਾਂ ਮੱਲਾ ਧਮਾਉਂਦੇ ਹਾਂ, ਉਹ ਅਗਲੇ ਹੁੰਦਾ ਕਿ ਬਾਈ ਇਹਨੂੰ ਕੀ ਕਰਵਾਇਆ, ਹੁਣ ਹਰ ਇੱਕ ਚੀਜ਼ 'ਤੇ ਆਪਾਂ ਜਵਾਬ ਦੇ ਨਹੀਂ ਸਕਦੇ, ਪੇਪਰ ਦੀ ਬੜੀ ਦਿੱਕਤ ਆਉਂਦੀ ਹੈ, ਪੁੱਛ ਕੇ ਦਿੰਦੇ ਕਿ ਬਾਈ ਇਹਦਾ ਰੇਟ ਕੀ, ਹੁਣ ਜਿਹੜਾ ਜਿਹੜਾ ਆਪਾਂ ਡਰਾਈਵਰ ਪੇਪਰ ਲਿਆ ਕਿੰਨਾ ਮਹਿੰਗਾ ਹੈ, ਇੱਕ ਤੁਸੀਂ ਉਹਨੂੰ ਡਿਫੈਂਡਰ ਨੂੰ ਲਾਇਆ ਸੀ ਉਹ ਤੋਂ ਮਹਿੰਗਾ ਹੈ, ਅਤੇ ਹੁਣ ਕਈ ਬੰਦੇ ਸਸਤਾ ਪੇਪਰ ਕਿੱਦਾਂ ਲੋਕ ਕਹਿ ਨਹੀਂ ਦਿੰਦੇ ਆਪਾਂ ਨੂੰ, ਯਾਰ ਅਸੀਂ ਉੱਥੋਂ ਇੰਨੇ 'ਚ ਕਰਾ ਲਈ ਆ, ਉਹ ਮਹਿੰਗੀ ਸਸਤੀ ਦਾ ਹੀ ਦੱਸੋ ਕੀ ਹਿਸਾਬ ਕਿਤਾਬ ਹੈ ਮਾੜਾ ਜਿਹਾ। ਕੁਆਲਿਟੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ, ਸਭ ਤੋਂ ਪਹਿਲਾਂ ਤਾਂ ਅਸੀਂ ਕਸਟਮਰ ਨੂੰ ਇੱਕੋ ਚੀਜ਼ ਕਹਿੰਦੇ ਹਾਂ ਕਿ ਤੁਸੀਂ ਪਹਿਲਾਂ ਦੇਖੋ ਕਿ ਜਦੋਂ ਆਪਾਂ ਗੱਡੀ ਦੇ ਉੱਤੇ ਪੀ ਪੀ ਐਫ ਦੀ ਐਪਲੀਕੇਸ਼ਨ ਕਰ ਰਹੇ ਹਾਂ, ਸਭ ਤੋਂ ਪਹਿਲਾਂ ਪੇਪਰ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ, ਉਹ ਹੋਣੀ ਚਾਹੀਦੀ ਹੈ ਟੀ ਪੀ ਯੂ ਕੁਆਲਿਟੀ। ਲੋਕ ਟੀ ਪੀ ਏ ਚਲਾ ਕੇ ਟੀ ਪੀ ਯੂ ਦੇ ਪੈਸੇ ਚਾਰਜ ਕਰਦੇ, ਜੇ ਦੇਖੋ ਤੁਹਾਨੂੰ ਬੰਦਾ 30-40-50 ਹਜ਼ਾਰ 'ਚ 40-45 ਹਜ਼ਾਰ ਦੀ ਰੇਂਜ 'ਚ ਵੱਡੀ ਗੱਡੀ ਦੀ ਪੀ ਪੀ ਐਫ ਕਰਕੇ ਦੇ ਰਿਹਾ, 50 ਹਜ਼ਾਰ ਦੇ ਸਕਾਰਪੀਓ ਕਰਕੇ ਦੇ ਰਿਹਾ, ਉਹ ਪੇਪਰ ਟੀ ਪੀ ਐਚ ਹੀ ਹੋ ਸਕਦਾ, ਉਹ ਟੀ ਪੀ ਯੂ ਨਹੀਂ ਹੋ ਸਕਦਾ।
TPH ਤੇ TPU ਫਰਕ ਆ? ਫਰਕ ਆ, ਮੈਂ ਵਧੀਆ ਕਿਹੜਾ ਵਾ? TPU ਜਿਹੜਾ ਆਪਾਂ ਜੀਪ ਤੇ ਕੀਤਾ, ਰੂਬੀ ਕੌਂਦੇ ਆਪਣੀ ਕੀਤਾ ਸੀ ਜਾਂ ਪਹਿਲਾਂ ਕੀਤਾ ਸੀ ਨਾ, ਉਹ ਸਾਰੇ TPU ਸੀ। ਉਹ ਟੀਪ ਤਾਂ ਮਹਿੰਗੇ ਸੀ, ਉਹ ਤਾਂ ਮਹਿੰਗੇ ਸੀ। ਜਦੋਂ ਵੀ ਪੇਪਰ ਲਵਾਉਣਾ TPU ਲਵਾਉਣਾ, ਜੇ ਤੁਹਾਨੂੰ ਕੋਈ ਬੰਦਾ 40-50 ਹਜ਼ਾਰ ਚ PPF ਕਰਕੇ ਦੇਣ ਡਿਆ ਨਾ, ਇਹਦਾ ਮਤਲਬ ਕਲੀਅਰ ਸਮਝ ਲਓ ਕਿ ਤੁਹਾਡੀ ਗੱਡੀ ਨਾਲ ਧੱਕਾ ਹੋਣ ਡਿਆ। ਉਹ ਚੇਤਾ ਇੱਕ ਰਾਹ ਗੱਡੀ ਆਈ ਸੀ, ਉਹ ਕਿੱਥੋਂ ਕਰਾਇਆ ਮੁੰਡਿਆਂ ਰੰਗ ਲੱਥਾ ਸੀ ਜਦੋਂ ਆਪਾਂ ਪੇਪਰ ਲਾਇਆ ਸੀ, ਉਹ ਫਿਰ ਪੇਪਰ ਮਾੜਾ ਹੋ ਸਕਦਾ ਨਾ ਥੱਲੇ, ਫਿਰ ਮਾੜਾ ਹੋ ਸਕਦਾ, ਉਹ ਦਿੱਕਤ ਆਉਂਦੀ ਹੈ ਨਾ। ਉਹ ਤਾਂ ਹੀ ਡਰਦੇ, ਕਈ ਕਈ ਡਰਦੇ ਸੀ, ਕਹਿੰਦੇ ਕਿ ਬਾਈ ਜਦੋਂ ਅਸੀਂ ਸਾਡਾ ਪੇਪਰ ਖਰਾਬ ਹੋ ਗਿਆ ਤਾਂ ਅਸੀਂ ਲਾਇਆ ਥੱਲੇ, ਨਾਲ ਹੀ ਰੰਗ ਲੱਥ ਕੇ ਆ ਗਿਆ। ਉਹ ਮਾੜੇ ਪੇਪਰ ਦਾ ਨਤੀਜਾ, ਮਾੜੇ ਪੇਪਰ ਦਾ ਨਤੀਜਾ ਬੇਸਿਕਲੀ। ਦੂਜੀ ਚੀਜ਼ ਹੁੰਦੀ ਕਿ ਜਿਹੜਾ ਬੰਦਾ PPF ਕਰਨ ਲਿਆ ਉਹ ਕਿੱਡਾ ਕਾਰੀਗਰ ਆ। ਹਾਂ, ਕਟਿੰਗ ਦਾ ਬੜਾ ਫਰਕ ਪੈਂਦਾ, ਆਪਣੇ ਨੂੰ ਪਤਾ ਨਹੀਂ ਲੱਗਦਾ ਗੱਡੀ ਨੂੰ PPF, ਗੱਡੀ ਨੇ ਕਿਸੇ ਤੇ ਵੀ ਪਤਾ ਨਹੀਂ ਲੱਗਦਾ, ਕੋਈ ਜੱਜਮੈਂਟ ਨਹੀਂ ਹੁੰਦੀ, ਕੋਈ ਜੁਆਇੰਟ ਨਹੀਂ, ਜੁਆਇੰਟ ਨਹੀਂ ਸਭ ਤੋਂ। ਉਹ ਫਿਰ ਇਹੋ ਗੱਲ ਹੈ, ਕੁੰਡੇ ਕੰਡੇ ਆਪਾਂ ਸਾਰੇ ਖੋਲ ਦਿੰਦੇ ਹਾਂ ਤੇ ਪੈਸੇ ਵੀ ਉਸ ਚੀਜ਼ ਦੇ ਨਾ, ਇਹ ਗੱਲ ਦੀ ਦਿੱਕਤ ਤੇ ਆਉਣੀ ਫਿਰ ਜਦੋਂ ਇਹ ਕੰਮ ਅਗਲੇ ਨਹੀਂ ਕਰਕੇ ਦਿੰਦੇ। ਉਹ ਤਾਂ ਹੀ ਮੈਨੂੰ ਵੀਰ ਭਰਾ ਬੜੇ ਯਾਰ ਮੈਨੂੰ ਰਾਹ ਵੀ ਪੁੱਛਣਗੇ, ਬਾਈ ਤੁਸੀਂ ਪੇਪਰ ਦੇਖਣ ਤੇ ਰਹਿਣੇ ਕੀ ਕਰਾਇਆ ਤੁਸੀਂ? ਜਿਨ੍ਹਾਂ ਨੇ ਵਲੋਗ ਨਹੀਂ ਵੇਖੇ ਤੇ ਉਹ ਚੀਜ਼ ਪੁੱਛ ਲੈਂਦੇ ਵੀਰ, ਰਾਹ ਦੀ ਗਲੀ ਵੀ ਪੁੱਛ ਲੈਂਦੇ ਭਰਾ ਆਪਣੇ। ਤੇ ਮੈਂ ਇਹ ਵੀਰ ਭਰਾ ਖੱਜਲ ਨਾ ਆਉਣਾ ਜਿੰਨੇ ਵੀ ਜੇ ਕਰਾਉਣੀ ਹੈ, ਮੇਰਾ ਨੰਬਰ ਤੁਸੀਂ ਪਾ ਹੀ ਦੇਣਾ ਤੇ ਡਿਟੇਲ ਲੈਣਾ ਸੀ ਗੱਡੀ ਦਾ ਰੰਗ ਇਸ ਤਰ੍ਹਾਂ ਡੈਮੇਜ ਹੁੰਦਾ, ਇਹ ਇੱਕ ਵਾਰੀ ਚੀਜ਼ ਆਪਾਂ ਕਰਾ ਲਈ 10-20 ਹਜ਼ਾਰ ਜੇ ਕਿਤੋਂ ਸਸਤੀ ਹੋਣ ਡਈ ਆ ਤੇ ਉਹ ਪੇਂਟ ਨੂੰ ਖਰਾਬ ਹੀ ਕਰਨ ਡਈ ਆ। 30-40 ਲੱਖ ਦੀ ਗੱਡੀ ਲੈ ਕੇ ਆਪਾਂ 10-20 ਹਜ਼ਾਰ ਵਿਸ਼ੇ ਤਾਂ ਕਰਨ ਡਏ, ਉਹ ਕੰਮ ਕੋਈ ਫਾਇਦਾ ਨਹੀਂ ਕਰਨ ਦਾ। ਜਿੱਥੋਂ ਵੀ ਕਰਾਓ ਚੰਗੀ ਤਰ੍ਹਾਂ ਕਰਾਓ ਕਿ ਉਹ ਬੰਦੇ ਪ੍ਰੋਫੈਸ਼ਨਲ ਹੋਣ, ਪ੍ਰੋਡਕਟ ਬ੍ਰਾਂਡਡ ਹੋਣ। ਲੋਕੀ ਚਾਈਨਾ ਤੋਂ ਲਿਆਂਦਾ, ਕਈ ਨੇ ਜਾਪਾਨ ਤੋਂ ਲਿਆਂਦਾ, ਉੱਥੋਂ ਲਿਆਂਦਾ, ਇਹ ਸਭ ਫੇਕ ਗੱਲਾਂ। ਉਹ ਥੱਲੇ ਹੁਣ ਆਪਾਂ ਕੋਡਿੰਗ ਵੀ ਕੀਤੀ ਪਹਿਲਾਂ, ਮਤਲਬ ਥੱਲੇ ਕੋਡਿੰਗ ਜੇ ਆਪਾਂ ਨਹੀਂ ਕਰਦੇ ਫਿਰ ਥੱਲੇ ਚੰਗ ਥੋੜ੍ਹੀ ਉੱਠ ਕੇ ਆਉਣੀ ਸੀ, ਜਿਹਦੇ ਨਾਲ ਰੂਬੀਕੌਨ ਦੇ ਪੇਪਰ ਆਪਣੇ ਇਹ ਜਮ੍ਹਾਂ ਵਾਈਟ ਵਾਲਾ। ਜੇ ਆਪਾਂ ਥੱਲੇ ਕੋਡਿੰਗ ਨਾ ਕਰਦੇ, ਕੋਡਿੰਗ ਮਾੜੀ ਕਰ ਦਿੰਦੇ, ਉਹ ਡੱਲ ਪੈਣੀ ਪੈਣੀ ਹੈ ਨਾ, ਇਹ ਚੀਜ਼ਾਂ ਬੜਾ ਫਰਕ ਪੈਂਦਾ। ਤੇ ਇਸ ਕਰਕੇ ਬੇਸਿਕਲੀ ਇੱਕ ਵਾਰੀ ਜਦੋਂ ਵੀ ਕਰਾਉਣਾ ਪਹਿਲਾਂ ਚੰਗੀ ਤਰ੍ਹਾਂ ਨੌਲੇਜ ਲਵੋ, ਉਹਨੂੰ ਸਰਚ ਕਰੋ, ਫਿਰ ਹੀ ਤਰੀਕੇ ਦਾ ਕੰਮ ਕਰੀਏ ਤਾਂ ਕਿ ਆਉਣਲੇ ਸਮੇਂ 'ਚ ਆਪਣਾ ਨੁਕਸਾਨ ਨਾ ਹੋਵੇ। ਉਹ ਐਡੀ ਮਹਿੰਗੀ ਗੱਡੀ ਬਾਅਦ, ਉਹ ਯਾਰ ਉਦੋਂ ਵੀਰ ਕਿੰਨਾ ਦੁਖੀ ਵਿਚਾਰਾ, ਜਿਹਦੀ ਆਪਾਂ ਲਾਈ ਗੱਡੀ ਤੋਂ ਤੇ ਉਹ ਨਾਲ ਹੀ ਰੰਗ ਲੱਥਦਾ ਹੁੰਦਾ, ਇਹ ਨਾ ਬੰਦੇ ਨੂੰ ਦੁੱਖ ਹੁੰਦਾ, ਨਾ ਬੰਦਾ ਕੁਝ ਕਹਿਣ ਜੋਗਾ ਬਾਅਦ ਚੋਂ। 30-40 ਲੱਖ ਦੀ ਗੱਡੀ ਸੀ, ਉਹਨੂੰ ਕੀ ਕਰ ਦਿੰਦਾ, ਕੁਛ ਨਹੀਂ ਕਰ ਸਕਦੇ। ਜਿਹੜਾ ਕੰਮ ਹੋ ਗਿਆ ਹੋ ਗਿਆ, ਕਹਿੰਦਾ ਭਾਜੀ ਹੁਣ ਉਹ ਬੰਦੇ ਦੁਕਾਨ ਨਵੀਂ ਨਵੀਂ ਖੋਲੀ, ਦੁਕਾਨ ਬੰਦ ਕਰਕੇ ਭੱਜ ਗਿਆ। ਉਹ ਇਹ ਚੀਜ਼ ਹੁੰਦੀ ਆ, ਹੁਣ ਉਹ ਸਾਰੀ ਗੱਡੀ ਪੇਂਟ ਕੀਤੀ ਆਪਾਂ, ਤੇਰੇ ਸਾਹਮਣੇ ਕੀਤੀ ਦਿਨ ਉੱਥੇ ਵਰਕਸ਼ਾਪ ਲੱਗੀ, ਤੇ ਮੈਨੂੰ ਥੋੜੀ ਪਤਾ ਮੈਂ ਨਵੀਂ ਗੱਡੀ ਕਾਹਤੋਂ ਪੇਂਟ ਕਰੀ ਦਿੰਦਾ, ਮੈਨੂੰ ਸ਼ਾਹੜੇ ਦੱਸਿਆ ਬਾਅਦ ਚੋਂ ਕਿਹਾ ਪਹਿਲਾਂ PPF ਲਾਈ ਪਾਟਾਂ ਦਾ ਨਾਲ ਹੀ ਰੰਗ ਲੱਥਾ ਆ। ਇਸ ਕਰਕੇ ਪੁਰਾਣੇ ਬੰਦੇ ਜਿਹੜੇ ਸਰਟੀਫਾਈਡ ਡੀਲਰ ਨੇ, ਜਿਹੜੇ ਚੰਗਾ ਕੰਮ ਕਰਦੇ ਨੇ, ਚੰਗੇ ਜੇ ਪੈਸੇ ਜ਼ਿਆਦਾ ਲੈਂਦੇ ਆ, ਜੇ ਕੋਈ 40-80 ਹਜ਼ਾਰ ਮੰਗ ਰਿਹਾ, ਇੰਨਾ ਕੋਈ ਸ਼ਦਾਈ ਨਹੀਂ ਹੁੰਦਾ ਕਿ 40-80 ਦੇ ਦੂ, ਉਹ ਪ੍ਰੋਡਕਟ 'ਚ ਫਰਕ ਨਿਕਲਦਾ ਹੀ ਨਿਕਲਦਾ। ਇਹ ਗੱਲ ਤਾਂ ਹੈਗੀ ਸ਼ਾ। ਤੇ ਇਸ ਕਰਕੇ ਸੋਚ ਸਮਝ ਕੇ ਚੀਜ਼ਾਂ ਨੂੰ ਪਰਖ ਕੇ, ਜੇ ਕੋਈ ਨੌਲੇਜ ਹੈ ਫੋਨ ਕਰ ਲਿਓ, ਜਦੋਂ ਮਰਜ਼ੀ ਕੋਈ ਚੱਕਰ ਨਹੀਂ। ਤੁਹਾਡੀ ਸੇਵਾ 'ਚ ਸ਼ਾਹ ਦਾ ਹਾਜ਼ਰ ਹੈ ਬਈ ਯਾਰ, ਹੁਣ ਮੈਨੂੰ ਤੰਗ ਨਹੀਂ ਕਰਨਾ, ਮੈਂ ਨੰਬਰ ਸ਼ਾਹ ਤੇਰਾ ਪਾਉਣ ਲੱਗਾ। ਸਵੇਰੇ 10 ਵਜੇ ਤੋਂ ਰਾਤੀ 7-8 ਵਜੇ ਉਹ ਨਹੀਂ ਪਤਾ, ਸਾਡੇ ਵਾਲੇ ਕਮਲਾ ਹੀ ਆ, ਜਦੋਂ ਮਰਜ਼ੀ ਲਾ ਲਈਏ ਇਹ ਦਿਨ ਚੱਲਣਾ ਪੈਣਾ ਹੀ। ਇੱਧਰੋਂ ਕੋਈ ਨਹੀਂ, ਤੁਸੀਂ ਜਿਹੜੇ ਭਰਾ ਆਪਣੇ ਦੂਰ ਦੇ ਵੀ ਹੈ ਨਾ, ਹੁਣ ਦਿੱਲੀ ਯੂਪੀ ਵਾਲੇ, ਜੇ ਤੁਸੀਂ ਸਬੱਬ ਬਣਦਾ ਇੱਧਰ ਆਉਣ ਦਾ ਫਿਰ ਤਾਂ ਭਾਵੇਂ ਸ਼ਾਹ ਕਰਾ ਲਿਓ, ਅਤੇ ਸ਼ਾਹ ਕਰਾਉਂਦਾ ਇੱਕ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਜੀ, ਨਾ ਲੈ ਲਿਓ ਮਾੜਾ ਜਾ ਕੇ ਹੈਂ, ਥੋੜ੍ਹੀ ਚੂੰਡੀ ਵੱਢ ਲੈ ਕੇ ਸ਼ਾਹ ਐਂ ਢਿੱਲੋ ਦੇ ਸੱਜਣੇ ਆ, ਅਤੇ ਮਨ ਤਨ ਕਰ ਹੈ ਨਾ। ਬਾਕੀ ਅਸੀਂ ਤੁਰੇ ਫਿਰਦੇ ਹੁੰਦੇ ਹਾਂ, ਅਸੀਂ ਤਾਂ ਟੱਕਰ ਹੀ ਜਾਈਏ ਕਿ ਨਹੀਂ, ਪਰ ਨਹੀਂ ਸ਼ਾਹ ਮੈਂ ਨਾ ਕੱਲ੍ਹ ਜਦੋਂ ਗੱਡੀ 'ਚ ਲਾਹੀ ਕੱਲ੍ਹ ਖੜੀ ਨਹੀਂ, ਪਰ ਮੈਂ ਨਾ ਉਹਦੀ ਪਾਈ ਫੋਟੋ ਕਿ ਭਰਾਵਾਂ ਦੇ ਇੰਨੇ ਸੋਹਣੇ ਕਮੈਂਟ ਆਏ, ਕਹਿੰਦੇ ਕਿ ਬਾਈ ਇੱਦਾਂ ਲੱਗਦਾ ਜਿੱਦਾਂ 2024 ਮੜ ਦਿੰਦਾ, ਅਤੇ ਜਾਣੋ 2012 ਮੜ ਲਿਆ ਗੱਡੀ ਆਪਣੀ। ਅਤੇ ਇੱਕ ਵੀਰ ਦਾ ਬੜਾ ਸੋਹਣਾ ਕਮੈਂਟ ਆਇਆ ਮੈਂ ਸਨੈਪਚੈਟ ਸਟੋਰੀ, ਬਾਈ ਕਹਿੰਦਾ ਬਾਈ ਯਾਰ ਸ਼ਾਹ ਨੇ ਟਾਈਮ ਤਾਂ ਲਾਤਾ ਪਰ ਗੱਡੀ ਦੇ ਵੱਟ ਕਰਤੇ ਹੈ ਨਾ, ਸਾਡੇ ਬਾਪੂ ਨੇ ਤੇ ਗੁਰੂ ਅੱਡ ਥੱਲੀ ਹੱਡੀ ਉਹ ਕਰਾਈ, ਕਹਿੰਦਾ ਭੈਣ ਜੋ ਗੱਡੀ ਵੇਚਤੀ ਤੁਸੀਂ, ਜਦੋਂ ਮਾੜੇ ਜਿਹੇ ਲਾੜੇ ਨਾਲ ਲੰਡੇ 2 ਪੈਗ ਹੋ ਜਾਂਦਾ ਦੁਆਲੇ, ਮੈਨੂੰ ਗੱਡੀ ਤੋਂ ਹੋਈ ਗੱਡੀ ਕੀਤਾ ਤੁਸੀਂ, ਮੈਂ ਮੁੜ ਤੋਂ ਜਾਣ ਡਿਆ ਜੋ ਅਸੀਂ ਚੁੱਪ ਕੇ ਸੁਣ ਲੈਂਦੇ ਸੀ, ਅਸੀਂ 2 ਸ਼ਾਹ ਨੂੰ ਗੋਲਾ ਕੱਢਦੇ ਸੀ ਮਨੋ ਮਨੀ।
ਬਾਕੀ ਭਰਾ ਸ਼ਾਹ ਦਾ ਨੰਬਰ ਪਾਤਾ, ਆਪਾਂ ਨੂੰ ਤੰਗ ਨਾ ਕਰਿਓ, ਆਪਾਂ ਤੁਹਾਨੂੰ ਬਾਅਦ ਪੂਰੀ ਡਿਟੇਲ 'ਚ ਸ਼ਾਹ ਦਾ ਸਮਝਾਤਾ, ਮੈਨੂੰ ਤਾਂ ਸਮਝਾਉਣਾ ਵੀ ਨਹੀਂ ਆਉਂਦਾ, ਜੋ ਚੀਜ਼ਾਂ ਹੋਰ ਬੜੀਆਂ ਚੀਜ਼ਾਂ ਹੋ ਸਕਦੀਆਂ ਵਾ ਚੋਈ ਪੁੱਛ ਲਿਓ ਭਾਈ, ਆਪਾਂ ਜੋ ਗੱਡੀ ਨੂੰ ਮੈਂ ਆਪਣੀ ਨੂੰ ਕਰਾਇਆ ਉਹ ਤੁਹਾਨੂੰ ਮੈਂ ਦੱਸਤਾ ਕਿ ਪੇਪਰ ਦਾ ਇੰਨਾ ਕੁ ਫਰਕ ਹੈਗਾ ਵਾ। ਬਾਕੀ ਜੇ ਤੁਸੀਂ ਕਿਸੇ ਵੀ ਭਰਾ ਨੇ ਕਿਸੇ ਵੀ ਮਤਲਬ ਕਿ ਗੱਡੀ ਨਵੀਂ ਲੈਂਦੇ, ਜੇ ਕੋਡਿੰਗ ਕਰਾਉਣੀ, ਪੀ ਪੀ ਐਫ ਕਰਾਉਣੀ ਆ, ਜੋ ਅਸੈਸਰੀ ਸੁਸਰੀ ਤੇਰਾ ਕੋਲ ਲਾਈ ਫਿਰਦਾ ਸ਼ਾਹ, ਵਰਕਸ਼ਾਪ ਵੇਖੀ ਤੂੰ ਪਿਛਲੇ ਵਲੋਗ 'ਚ ਵੇਖਿਓ, ਤਾਂ ਮਜ਼ਾ ਮੈਂ ਚੰਗਾ ਲਈ ਫਿਰਦਾ ਸ਼ਾਹ ਸਾਡਾ ਹੈਂ। ਪਰ ਗੱਡੀ ਪੇਂਟ ਕਰਾਉਂਦੀ ਨਾ ਹੀ ਕਿਹਨੂੰ ਨੌਬਤ ਆਵੇ ਭਰਾਵਾ, ਅਸੀਂ ਉਹ ਬੰਦਾ ਵੇਖਿਆ ਜਿਹਦੀ ਗੱਡੀ ਪੇਂਟ ਹੋਣ ਡੀ ਨਵੀਂ ਗੱਡੀ, ਅਤੇ ਇੱਕ ਸਿਰਫ 20,000 ਪਿੱਛੇ ਬੰਦੇ ਨੇ ਕਿਤੇ ਸਸਤੀ ਪੀ ਪੀ ਐਫ ਕਰਾ ਕੇ ਅਤੇ ਬਾਅਦ ਗੱਡੀ ਟੰਡ ਲਵਾ ਲਈ, ਹੈ ਨਾ ਨਹੀਂ ਸਹੀ ਗੱਲ ਹੈ ਸ਼ਾਹ, ਦੁੱਖ ਹੁੰਦਾ ਹੁਣ ਮਤਲਬ ਆਪਣੀ ਗੱਡੀ ਆ, ਮੈਂ ਮਤਲਬ ਕਿਤੇ 20,000 ਪਿੱਛੇ ਜਾਂ 10,000 ਪਿੱਛੇ ਹੋਰ ਕਿਤੇ ਕਰਾ ਲੈਂਦਾ, ਅਤੇ ਬਾਅਦ ਚੋਂ ਕੱਲ੍ਹ ਨੂੰ ਮਤਲਬ ਲਾਉਣੀ ਤਾਂ ਪੈਂਦੀ, 2-3 ਸਾਲ ਬਾਅਦ ਲਾਉਣੀ ਤਾਂ ਪੈਂਦੀ ਇੱਕ ਵਾਰ, ਹੈ ਨਾ, ਅਤੇ ਬਾਅਦ ਚੋਂ ਚੀਕਾਂ ਨਿਕਲਣੀਆਂ, ਫਿਰ ਉਹ ਬੰਦਾ ਮਹਲਾ ਦਾ ਅਗਲਾ ਦੁਕਾਨ ਬੰਦ ਕਰ ਜੇ, ਅਗਲਾ ਬਾਹਰ ਚੱਲ ਜੇ, ਫਿਰ ਕੀ ਕਰਾਂਗੇ। ਲੈ ਵੀ ਮਿੱਤਰਾ ਕਹਿੰਦੇ ਬਾਕੀ ਪੇਟ ਪੂਜਾ ਦਾ ਸਮਾਨ ਆ ਚੁੱਕਾ ਆ, ਅਤੇ ਬਾਕੀ ਸ਼ਾਹ ਦੇ ਕੋਲੋਂ ਅੱਜ ਗੱਡੀ ਲੈ ਕੇ ਛੱਡੀਆਂ ਜਾਣਾ, ਹੈ ਨਾ, ਫਿਰ ਮਿਲਾਂਗੇ ਕਿਤੇ ਥੋੜ੍ਹੇ ਦਿਨਾਂ ਬਾਅਦ ਜੇ ਲੋੜ ਪਈ, ਪਰ ਅਸੀਂ ਯਾਰ ਕੀ ਲੱਗ ਲਓ ਕੰਮ ਕਰਕੇ ਜਾਇਆ ਕਰਨਾ, ਗੱਡੀ ਦੇ ਕੇ ਨਹੀਂ ਜਾਇਆ ਕਰਨਾ, ਚੰਗਾ ਵੀ ਸ਼ਾਹ ਛੁੱਟੀ ਦੇ ਸਾਨੂੰ, ਇੱਥੇ ਸਾਨੂੰ ਇੱਕ ਵੀਰ ਮਿਲਿਆ, ਵੀਰ ਕਹਿੰਦਾ ਮੈਂ ਰੋਜ਼ ਗੱਡੀ ਵੇਹਣਾ ਸੀ ਤੁਹਾਨੂੰ, ਹੁਣ ਤੁਸੀਂ ਨਹੀਂ ਦੇਖਦੇ, ਮੈਂ ਗੱਡੀ ਰੀਫੂ ਲਾਈ ਹੈ, ਦੋ ਮਹੀਨੇ ਹੋ ਗਏ ਇੱਥੇ ਲਾਈ, ਹੈਂ 2 ਮਹੀਨੇ ਪੂਰੇ, ਚੰਗਾ ਮੇਰੀ ਜਾਣ, ਠੀਕ ਹੈ ਜੀ, ਮਿਲਤੇ ਹਾਂ ਦੁਬਾਰਾ, ਫਿਰ ਬਾਬਾ ਨਵੀਂ ਗੱਡੀ ਕੇ ਸਾਥ, ਨਵੀਂ ਗੱਡੀ ਦੇਵੇ ਫਿਰ ਸ਼ਾਹ ਕਰਾਵਾਂਗੇ ਬੀ ਪੀ ਐਫ ਫੇਰ ਕਦੇ, ਹੈਂ ਨਹੀਂ ਸ਼ਾਹ ਵੱਟ ਕਰਦੇ ਸੌ ਲੱਗੇ ਕੱਲ੍ਹ ਨਾ, ਮੈਸੇਜ ਪੜ੍ਹ ਕੇ ਨਜ਼ਾਰਾ ਆ ਗਿਆ। ਲੈ ਵੀ ਮਿੱਤਰਾ ਰਾਣੀ ਮਿਲ ਗਈ ਜੀ ਅੱਜ ਆਪਾਂ ਨੂੰ, ਰਾਣੀ ਕਰੀਏ ਡਰਾਈਵ, ਮੈਂ ਨਾ ਕਾਹਨੂੰ ਗੱਲਾਂ ਆਈਆਂ ਲਿਸ਼ਕਾ ਪਿਸ਼ਕਾ ਮਾਰਨ ਦੀ ਪੂਰੀਆਂ, ਅਤੇ ਓਕੇ ਰਿਪੋਰਟ ਵਿੱਚੋਂ ਵੀ ਕਰੋ ਚੈੱਕ ਤੁਸੀਂ ਇੱਧਰ, ਹੈਂ ਓਏ ਹੋਏ 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 ਗੁਰੂਆ, ਸਾਰਾ ਕੰਮ ਜਿਹੜਾ ਨਿਆਣੇ ਆਇਆ ਹੋਇਆ ਨਾ ਮਾੜੀ ਪੇਪਰ ਤੋਂ ਮਾੜੀ ਪੀ ਪੀ ਐਫ ਤੋਂ ਬਚੋ, ਹਨਾ ਯਾਰ ਇਹ ਚੀਜ਼ ਮੈਨੂੰ ਮੈਸੇਜ ਬੜੇ ਭਰਾਵਾਂ ਦੇ ਆਉਂਦੇ, ਕਿਉਂਕਿ ਆਪਣੀ ਗੱਡੀ ਦੀ ਸ਼ਾਈਨ ਬੜੀ ਸੀ, ਹਨਾ, ਤੇ ਸਾਰੇ ਪੁੱਛਦੇ ਹੁੰਦੇ ਬਾਈ ਕੀ ਕਰਾਇਆ, ਕਿਹੜਾ ਪੇਪਰ ਲਵਾਇਆ, ਪੀ ਪੀ ਐਫ ਤੇ ਅਸੀਂ ਵੀ ਕਰਾਈ, ਇੰਨੀ ਸ਼ਾਈਨ ਨਹੀਂ ਹੈਗੀ, ਹਨਾ, ਜਾਣੇ ਜੇ ਰੇਟ 10-20 ਹਜ਼ਾਰ ਜਾਂ ਪੈਸੇ ਦਾ ਫਰਕ ਹੁੰਦਾ ਨਾ, ਇਹ ਇਹਨਾਂ 'ਚ ਜਾਣਾ ਪੈਂਦਾ ਵਾ, ਹਨਾ, ਅਤੇ ਕੁਆਲਿਟੀ ਦਾ ਫਰਕ ਵੀ ਇੱਦਾਂ ਬਣਾ, ਇੱਕ ਬੰਦਾ ਕਾਰੀਗਰ ਹੋਣਾ ਚਾਹੀਦਾ ਪੀ ਪੀ ਐਫ ਕਰਨ ਵਾਲਾ, ਹਨਾ, ਕਿ ਉਹ ਕਟਿੰਗ ਕੁਟਿੰਗ ਜਾਂ ਕੁੰਡੇ ਕੰਡੇ ਸਾਰੇ ਖੋਲ੍ਹ ਕੇ ਕਰਾਇਆ ਕਰੋ, ਜਿਹੜੇ ਭਰਾ ਮੇਰੇ ਹੋਰ ਵੀ ਕਿਤੋਂ ਜਿੱਥੋਂ ਵੀ ਕਰਾਉਂਦੇ ਹੈ ਨਾ, ਉਹਨਾਂ ਨੂੰ ਕਹਿੰਦੇ ਕੁੰਡੇ ਖੋਲ੍ਹ ਕੇ ਸ਼ੀਸ਼ੇ ਲਾ ਕੇ, ਹਨਾ, ਜਿਹੜੀ ਚੀਜ਼ਾਂ ਖੋਲ੍ਹ ਕੇ ਹੋ ਸਕਦੀ ਆ ਉਹ ਖੋਲ੍ਹ ਕੇ ਕਰਾਇਆ ਕਰੋ ਪੀ ਪੀ ਐਫ, ਹੈ ਨਾ, ਇੱਕ ਸਾਥ ਇਹ ਲੈਮੀਨੇਸ਼ਨ ਪੇਪਰ ਵਾਲਾ ਹਿਸਾਬ ਹੁੰਦਾ ਵਾ, ਅਤੇ ਹੁਣ ਫੋਨ 'ਤੇ ਆਪਾਂ ਲੈਮੀਨੇਸ਼ਨ ਪੇਪਰ ਮਾੜਾ ਲਵਾਵਾਂਗੇ ਅਤੇ ਉਹ ਥੋੜ੍ਹੇ ਚਿਰ ਬਾਅਦ ਉਹ ਮੈਲਾ ਜਿਹਾ ਹੋਣਾ, ਲੀਕਾਂ ਪੈ ਜਾਣੀਆਂ, ਜੇ ਵਧੀਆ ਪੇਪਰ ਲਵਾਇਆ ਉਹ ਨਾ ਲੀਕਾਂ ਪੈਣੀਆਂ ਛੇਤੀ ਕੀਤੀਆਂ, ਅਤੇ ਨਾ ਹੀ ਉਹ ਮੈਲਾ ਹੋਣਾ, ਹੈ ਨਾ, ਅਤੇ ਮੈਂ ਸ਼ਾਹ ਦਾ ਨੰਬਰ ਪਾਇਆ ਉਹਦੇ ਭਰਾ ਹੀ ਆਪਣਾ, ਜਦੋਂ ਮਰਜ਼ੀ ਤੁਸੀਂ ਆ ਕੇ ਕੰਟੈਕਟ ਕਰਕੇ ਸ਼ਾਹ ਦੇ ਨਾਲ ਭਾਵੇਂ ਨਾਂ ਲੈ ਦਿਓ, ਮਾਨਤਾ ਨੂੰ ਵੀ ਸ਼ਾਹ ਪੂਰਾ ਕਰੂਗਾ, ਹੈ ਨਾ, ਬੰਦਾ ਦਰੇਰ ਸਾਡੇ ਕੋਲ ਲੱਗੇ ਆ। ਲੈ ਬਈ ਮਿੱਤਰੋ ਰਾਣੀ ਦੇ ਟਾਇਰ ਕਰਨ ਲੱਗੇ ਫਾਈਨਲ, ਅਤੇ ਜੋ ਟਾਇਰ ਚਾਹੀਦਾ ਉਹ ਸਾਨੂੰ ਮਿਲ ਜੂਗਾ, ਹੱਦ ਵੀ ਕੋਈ ਚੀਜ਼ ਹੁੰਦੀ ਆ, ਪਲੇਟ ਜਿੱਕੋ ਬਿਸਕੁਟ ਰਹਿੰਦਾ, ਚਾਹ ਉਦਾਂ ਦੀ ਉਦਾਂ ਪਈ, ਸਾਰੇ ਵੀ ਨਹੀਂ ਮੈਂ ਛੱਡਣਾ ਹੁਣ, ਮੇਰਾ ਇੱਕ ਰਹਿ ਗਿਆ ਤੇ ਫਿਰ ਚਾਹ ਸਾਡੀ ਪਈ ਪੀਣ ਵਾਲੇ ਵਾਲੋ ਹਿਸਾਬ ਦੇ, ਐਂ ਹੱਦ ਤੁਸੀਂ ਪਾਰ ਕਰਤੀ ਆ, ਤੇ ਉਹ ਚੀਜ਼ ਤੁਹਾਡੇ ਵਾਸਤੇ ਕੋਈ ਹੱਦ ਨਹੀਂ, ਇਹਨਾਂ ਵਾਸਤੇ ਕੋਈ ਹੱਦ ਨਹੀਂ, ਜਿਹੜਾ ਵੀਰ ਭਰਾ ਕੋਈ ਸਾਨੂੰ ਸੱਦੇ ਸਾਡਾ ਸੱਦ ਵੀ ਸੱਦੂਗਾ ਕੋਈ, ਉਹ ਵੀ ਸੋਚ ਸਮਝ ਕੇ ਸੱਦੇ, ਪਲੇਟ ਖਾਲੀ ਕਹਿੰਦਾ ਬਿਸਕੁਟ ਲਿਆਵਾਂ, ਉਹ ਕਿਸੇ ਨੇ ਨਾ ਨੀ ਕੀਤੀ, ਉੱਤੋਂ ਸਭ ਇੱਕ ਬੰਦੇ ਨੇ ਕਹਿਤਾ, ਉੱਤੋਂ ਇੱਕ ਬੰਦੇ ਨੇ ਕਹਿਤਾ ਉਹਨਾਂ ਨੇ ਹੋਰ ਪਲੇਟ ਹੀ ਲਿਆ, ਕੋਈ ਮੁੰਡਾ ਢਿੱਲੋ ਨੀ ਗੱਲ ਕਰੀ ਕਿ
ਸ਼ਰਮਾ ਸ਼ਰਮਾ ਲਾ ਕੇ ਰੱਖੀ ਨਾ, ਬਾਕੀ ਘਰ ਦੀ ਜਦੋਂ ਘਰ ਦਾ ਕੰਮ ਹੋਵੇ ਨਾ ਉੱਥੇ ਸ਼ਾਹ ਕਹਿ ਆ। ਸ਼ਾਹ ਕਹਿੰਦਾ ਕੀ ਖਾਣਾ ਜਾਂਦਾ ਇਹਨਾਂ ਨੇ, ਕਿਹਾ ਚਿਕਨ ਖਾਣਾ ਚਾਚੇ ਦੀ ਗੱਲ ਪਿਆਰ ਦੇ ਘਰੋਂ ਵੀ ਵੱਧ ਮਿਲਦਾ ਭੁੱਟਾ ਖਾਣ ਪੀਣ ਦਾ ਭੁੱਖਾ ਹੁੰਦਾ। ਸਹੀ ਗੱਲ ਹੁਣ ਵੀ ਖਾਣ ਪੀਣ ਦੇ ਕਹਿ ਚੱਲ ਨਾਣ ਕੇ ਇੱਥੇ ਸਾਰਾ 15 ਮਿੰਟ ਦਾ ਰਾਹ ਵਾ, ਆਹ ਗੱਡੀ 'ਚ ਪਵਾ ਕੇ ਟਾਇਰ ਵੀ ਮਿਲੇ ਨਹੀਂ ਸਾਨੂੰ, ਇੱਦਾਂ ਜਾਊ ਐਕਚੁਲੀ ਉੱਠਦੀ ਉੱਧਰ ਨੂੰ। ਜਿਹੜਾ ਬੰਦਾ ਨੂੰ ਛੱਡਣ ਆਇਆ ਸੀ ਉਹ ਸਾਨੂੰ ਲੱਭਾ ਹੀ ਨਹੀਂ, ਨਾ ਹੀ ਫੋਨ ਕਰਨਾ ਕਿਉਂਕਿ ਸਾਡੇ ਵੱਡੀ ਗੱਡੀ ਆ ਗਈ ਹੁਣ। ਉਹ ਵੀ ਆਉਂਦਾ ਕਦੋਂ ਗੋਲੋਂ ਉੱਥਰ ਕੇ ਮੇਰੇ 2-3 ਦਿਨ ਹੋ ਗਏ, ਅਸੀਂ ਕਦੀ ਕਿਸੇ ਨੂੰ ਫੋਨ ਕਰ ਕਦੀ ਕਿਸੇ ਨੂੰ ਫੋਨ ਕਰ, ਅੱਗੇ ਸਾਡੇ ਯਾਦ ਜਾਂਦੇ ਆ ਪਰ ਲਾ ਕੇ ਸਾਨੂੰ ਇੱਦਾਂ ਗੋਲੀ ਹੋ ਜਾਂਦੇ ਨਾ ਬਾਅਦ ਚੋਂ, ਆ ਜਾਣ ਤਾਂ ਲੱਭਾ ਹੀ ਨਹੀਂ ਉਹਨੂੰ, ਪਤਾ ਇੱਦਾਂ ਦੀ ਗੱਡੀ ਮਿਲ ਜਾਣੀ ਆ। ਮੈਂ ਠੀਕ ਆ ਭਾਈ ਕੋਈ ਨਹੀਂ, ਬਾਕੀ ਉਹਦਾ ਇੰਨਾ ਹੀ ਧੰਨਵਾਦ ਜਿਹੜਾ ਸਾਨੂੰ ਛੱਡ ਜਾਂਦੇ ਆ। ਹੈਂ ਸਵੇਰੇ ਬਾਬੇ ਧੰਨਵਾਦ, ਮੋਟਰਸਾਈਕਲ ਜਿੰਮ ਲਵਾ ਲਿਆ ਸਵੇਰੇ ਆਪਾਂ ਨੂੰ, ਉਹ ਜਿਹੜਾ ਸਾਨੂੰ ਗੱਡੀ ਲੱਭ ਗਈ ਫਿਰ ਜੋ ਜਿੰਮ ਦਾ ਬਾਸ ਹੋਣਾ, ਇੱਦਾਂ ਹੀ ਆ ਬਾਬਾ ਮੇਰਾ ਇਹਨੂੰ ਤੁਰੇ ਫਿਰਦੇ ਬਸ। ਵੀਰ ਨੇ ਪੈਰ ਲਿਆ ਕੇ ਦੇਖ ਉਹ ਤੇਰਾ ਭਾਰ ਬੱਲਾ ਬੱਲਾ ਹੋ ਗਈ, ਉਹ ਜੋੜਾ ਜੋੜਾ ਆਪਣੇ ਮੁੰਡਿਆਂ ਨੇ ਗੁੱਡੇ 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 ਆ ਗਏ ਉਹ ਕਿਨਾਰੇ ਮਾਰੀ ਜਾਂਦਾ ਵੀ ਪੈਸੇ ਤਾਂ ਇੱਧਰ ਉਡਾ ਦੇ। ਮੈਂ ਸਮਝਦਾ ਤੇਰੀ ਗੱਲ ਨੂੰ, ਸਮਝਦਾ ਮੈਂ ਤੇਰੀ ਗੱਲ ਨੂੰ। ਉਹ ਉਸਤਾਦ ਨੇ ਸਾਰੇ ਪਾੜਤਾ ਵੇ ਬਲਾਉ ਬਲਾਉ ਵੀ ਕਰਤਾ ਉਹਨਾਂ ਦਾ ਕਰਨਾ, ਵਿੱਚ ਪੈਸੇ ਨੂੰ ਇੱਧਰ ਰੱਖ ਲਿਆ ਉੱਤੇ ਕਿੱਧਰ ਰੱਖ ਲਿਆ, ਜੋੜਾ ਬਣ ਗਿਆ ਜੋੜੇ ਨੂੰ ਦਬੋਇਆ ਇੱਦਾਂ ਇਹਦੇ ਵਿੱਚ ਹਨਾ, ਥੋੜ੍ਹੇ ਕੂੜੇ ਬਣ ਗਏ, ਕੂੜੇ ਬਣ ਕੇ ਥੋੜ੍ਹਾ ਜਿਹਾ ਸ਼ਰਮ ਲਾਈ ਕੁੜੀ ਬਸ ਬਸ ਮੇਰੀ ਯਾਰ ਬੈਠਾ ਟਾਇਰ ਤਨੀਏ ਮਿਲੇ ਥੋੜੇ ਦਿਨ ਤੱਕ ਮਿਲ ਜਾਣਗੇ, ਮੈਂ ਇਹਨਾਂ ਦਾ ਵਾਹ ਚੈੱਕ ਕਰਾ ਦੋ ਭਾਈ ਹੈ, ਸਲਿੱਪ ਕੱਢਦੀ ਮਾੜੀ ਮਾੜੀ ਕੌਣ ਆਇਆ ਭਲਾ ਮਾਮੇ ਵਾਲਾ ਸ਼ੇਰ ਕੈਸੇ ਭਾਈ ਤੈਨੂੰ ਸਾਲਾ ਕਿੱਦਾਂ ਰਾਹ ਭੁੱਲ ਗਿਆ, ਅੱਜ ਨਾਨਕੇ ਨਾਨਕਿਆਂ ਦੇ ਵੱਜੇ ਆ ਗਏ ਉਹ ਨਹੀਂ ਏਦਾਂ ਹੀ ਰਾਹ ਇੱਧਰ ਏਦਾਂ ਹੀ ਹੈ। ਬਹੁਤ ਬਹੁਤ ਮੁਬਾਰਕਾਂ ਕਹਿੰਦੇ ਮੁੰਡਾ ਨਵੀਂ ਗੱਡੀ ਵਾਲਾ ਹੋ ਗਿਆ, ਡੱਬਾ ਤੂੰ ਲੈ ਗਿਆ ਪਰਲੇ ਪਾਸੇ ਨਹੀਂ ਡੱਬਾ ਬਾਹਰ ਆ, ਅੱਛਾ ਲਿਆਂਦਾ ਜੀ ਲਿਆਂਦਾ ਨਹੀਂ ਇੱਥੇ ਮੂੰਹ ਮਿੱਠਾ ਕਰਾ ਦਿੰਦੇ ਤੇਰਾ ਉਹ ਕਰਾ ਮੂੰਹ ਪਾ ਦਿੰਦੇ ਮੂੰਹ ਤੇ ਸ਼ਰਮ ਮੋਟਾ ਵੀ ਆਇਆ ਜੀ ਅੱਗੇ ਸਾਲਾ ਮੂੰਹ ਚ ਚਿਪਜਾ ਨਿਕਲ ਗਿਆ ਜੀ ਨਹੀਂ ਭਰਾ ਤੇ ਗੱਡੀ ਲੈ ਲਈ ਇਹਨੇ ਮੈਨੂੰ ਗੱਡੀ ਦਿੱਤੀ ਦਿੱਤੀ ਤੈਨੂੰ ਪਤਾ ਅੱਛਾ ਕਿਉਂ ਨਹੀਂ ਦਿੱਤੀ ਤੂੰ ਸੌਂ ਖਾਲਾ ਥਾਰ ਦੀ ਨਹੀਂ ਦਿੱਤੀ ਨਾ ਨਾ ਥਾਰ ਦੀ ਗੱਲ ਰੂਬੀ ਨੂੰ ਲੈ ਕੇ ਵੇਚਤੀ ਉਹਦੀ ਵਧਾਈ ਨਹੀਂ ਦਿੱਤੀ ਇਹਨੇ ਨਹੀਂ ਇਹ ਗੱਲ ਗਲਤ ਜੇ ਤੂੰ ਵਧਾਈ ਦੇਣਾ ਸ਼ਾਇਦ ਲੱਗਦੀ ਨਾ ਹੈ ਸਹੀ ਗੱਲ ਹੈ ਗੁਰੂਆ ਹੁਣ ਇਹ ਗੱਲ ਵਧਾਈ ਦੇ ਸੀ ਕੀ ਪਤਾ ਤੇਰੇ ਕੋ 4-5 ਗੱਡੀਆਂ ਹੋ ਜੇ ਬਾਬੇ ਦਾ ਪਹਿਰਾ ਦੇ ਰਿਹਾ ਤੂੰ ਵਧਾਈ ਨਹੀਂ ਦਿੱਤੀ ਸਾਲਿਆ ਦੂਜੀ ਤਰ੍ਹਾਂ ਭਰਾ ਆਇਆ ਸਾਲਿਆ ਲੱਗੇ ਤਾਂ ਕਹਿੰਦਾ ਰੋਈ ਤੋਂ ਭੁਲੇਖਾ ਪੈ ਗਿਆ ਰੋਈ ਕੋ ਤੂੰ ਰਾਸ ਰਾਤ ਕੋ ਛੱਡੀ ਨਹੀਂ ਕੋਈ ਨਾ ਘਰੇ ਨਹੀਂ ਆਇਆ ਨਹੀਂ ਉਹ ਲਾਈਟਾਂ ਛੋੜੀਆਂ ਡਾਉਨ ਸੀ ਤੇ ਤੁਹਾਨੂੰ ਲੱਭੀ ਤੇ ਝੂਠਾ ਬੋਲ ਰਿਹਾ ਸਵਾਲ ਬਾਗੁਲ ਕੇ ਪਤਾ ਨਹੀਂ ਕਿਹੜੇ ਹੈ ਉਦੋਂ ਤੇ ਹਨੇਰੇ ਤੇ ਚੜ ਜਾਣਾ ਸੀ ਤੁਰ ਕੇ ਤੇ ਕਹਿੰਦਾ ਕੀ ਨੂੰ ਮੈਂ ਫੇਰ ਲਾ ਦੀ ਸ਼ਟਰ ਕਰ ਮੈਨੂੰ ਹਨੇਰੇ ਚ ਡਿਸਕਵਰ ਤੇ ਲਈ ਫਿਰਦਾ ਨਾ ਹੀ ਉਦੋਂ ਹਨੇਰੇ ਤੈਨੂੰ ਉੱਤਰਦਾ ਉਦੋਂ ਅਗਲੀ ਪੜਪੜ ਦੀ ਆਵਾਜ਼ ਆਉਂਦੀ ਪਛੀਆ ਠੀਕ ਆ
ਹੁਣ ਉਮਰ ਕਿਹੜੀ ਹੋ ਗਈ ਹੈ, ਵਿਆਹ ਗਿਆ ਚਾਰ ਜਵਾਕ ਹੋ ਗਏ ਮਿੱਤਰਾ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਮਾਮਾ ਲੂਸੀ ਮਾਮੇ ਵਾਲੇ ਨੇ ਲਿਖਦੀ ਵਾਲੀ ਕਾਲੀ ਮਾਮੇ ਲੂਸੀ ਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਉਹ ਗੱਲ ਆ ਮੈਨੂੰ ਕਿਹੜਾ ਲੱਗਦਾ ਵੀ ਜਿਹੜਾ ਭਰੂਸਾ ਹੀ ਛੱਡਦਾ ਵਿੱਚ ਵਿੱਚ ਹੁਣੇ ਤੂੰ ਕਰਨ ਦਿਆ ਫਿਰ ਉਹ ਗੱਲ ਲੱਗ ਪਿਆ ਵੇਲਾ ਹੈ ਮਾਮਾ ਇੰਨੀ ਦੇਰ ਬਾਅਦ ਆਇਆ ਤੇ ਇੰਨੀ ਬਣਦੀ ਆ ਚੰਗਾ ਵੇ ਭਾਈ ਚੰਗਾ ਫਿਰ ਮੇਰੀ ਜਾਨ ਹੈ ਮਿਲਿਆ ਨੀ ਯਾਰ ਤੂੰ ਬੰਦਿਆਂ ਨੂੰ ਲੈ ਵੀ ਮੁੰਡੇ ਨੇ ਲੈ ਲਈ ਇੱਕ ਚਿੱਟੀ ਆਂਦੇ ਇੱਕ ਕਾਲੀ ਇੱਧਰ ਕਾਲੀ ਤੇ ਇੱਧਰ ਇੱਕ ਚਿੱਟੀ ਇੱਕ ਰੱਖੀ ਕਾਲੀ ਜਾਂਦਾ ਬੰਦਾ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਦੇ ਮੁੰਡੇ ਨੂੰ ਤੁਹਾਨੂੰ ਤੁਹਾਡੀ ਗੱਡੀ ਸਾਡੀ ਥੋੜੀ ਇਦਾਂ ਨਾ ਕਹਿ ਮਾਮਾ ਤੁਹਾਡੀ ਰੱਖ ਲਓ ਸ਼ੈੱਡ ਬੜਾ ਵੱਡਾ ਪਾਇਆ ਫਿਰ ਕਿਹੜੀ ਗੱਲ ਆ ਫਿਰ ਕਿਹੜੀ ਗੱਲ ਆ ਸਰਪੰਚ ਨਹੀਂ ਗੰਦੇ ਬੜੇ ਲਾਲ ਲਾਲ ਸਕੂਟਰੀਆਂ ਤੁਰਿਆ ਫਿਰ ਕੇ ਜੇ ਲੈ ਵੀ ਸ਼ੇਰਿਆ ਵਾਹਿਗੁਰੂ ਮਿਹਰ ਕਰੇ ਓਕੇ ਰਿਪੋਰਟ ਦੁੱਧ ਪੀ ਲਿਆ ਜੇ ਜਾਣਾ ਤੇ ਫਿਰ ਟਾਈਮ ਸਿਰ ਜਾ ਗੱਡੀ ਕਢਾ ਦੋ ਮਗਰ ਕਢਾ ਪਿੱਛੇ ਕੀ ਲੱਗੀ ਗੱਡੀ ਸ਼ਾਮੀ ਚਾਰ ਕੁ ਵਜੇ ਸਾਈਡ ਬੈਗ
ਚੰਗਾ ਵੀ ਮਿੱਤਰੋ ਬਾਏ ਬਾਏ ਯਾਰਾਂ ਦੇ ਡੇਰੇ ਲਾਲੇ ਅੱਜ ਨਾਨਕੇ ਹੀ ਤਾਂ ਟਾਈਮ ਬੜਾ ਗਿਆ ਜੀ 2 ਵਜ ਲੱਗੇ ਆ ਤਾਂ ਮੈਂ ਸਹੀ ਮਿੱਤਰਾ ਸਵੇਰੇ ਉੱਠ ਕੇ ਪਿੰਡ ਨੂੰ ਹੋ ਜਾਵਾਂਗੇ ਹੈ ਨਾ ਅਤੇ ਸਵੇਰੇ ਫਿਰ ਇੱਕ ਵਾਲਾ ਵਿਆਹ ਮਤਲਬ ਕਿ ਲਾਸਟ ਵਿਆਹ ਰਹਿ ਗਿਆ ਨੀਂਦ ਬੜੀ ਆਉਣ ਡਈ ਹੁਣ ਅਤੇ ਮਿਲਦੇ ਹਾਂ ਜੀ ਕਹਿਣ ਸਵੇਰੇ ਨਵੇਂ ਬਲੌਗ ਦੇ ਨਾਲ ਅਤੇ ਫਿਰ ਇੱਕ ਅੱਧਾ ਦਿਨ ਚੰਡੀਗੜ੍ਹ ਵੀ ਲਾ ਕੇ ਆਵਾਂਗੇ ਕੀ ਆਉਂਦਾ ਹੈ ਬਾਕੀ ਸਨੈਪਚੈਟ ਇੰਸਟਾਗ੍ਰਾਮ 'ਤੇ ਕਿਹੜਾ ਮਾਰ ਆਇਓ ਉੱਥੇ ਬਹੁਤ ਘੈਂਟ ਚੀਜ਼ਾਂ ਪਾਈ ਦੀਆਂ ਹਨ ਕਿਉਂਕਿ ਫੋਟੋਆਂ ਫਾਟਾਂ ਜਿਹੜੀਆਂ ਖਿੱਚੀ ਦੀਆਂ ਨਾ ਉਹ ਉੱਧਰ ਹੀ ਚੜੀ ਦੀਆਂ ਅਤੇ ਮਿਲਦੇ ਹਾਂ ਮੇਰੀ ਜਾਣ ਸਵੇਰੇ ਯਾਰ ਬਾਏ ਬਾਏ ਜਿਹਦੇ ਵਾਹ 'ਤੇ ਰੋਣ ਨਜ਼ਾਰੇ ਲਓ ਬਾਈ।